ਵਾਹਿਗੁਰੂ 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 ವಾಹಿಗುರು 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 ಸತ್ಗುರ ಆಯೋ ಶರಣ ತುಹಾರಿ 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 ಮಿಲೇ ಸುಖ ನಾಮ ಹರ ಶೋಭಾ ਮਿਲੇ ਸੁਖ ਨਾਮ ਹਰ ਸੋਭਾ ਮਿਲੇ ਸੁਖ ਨਾਮ ਹਰ ਸੋਭਾ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ 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 ਅਵਰ ਨ ਸੁਜੈ ਦੂਜੀ ਠਾਹਰ 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 ਹਰ ਪ੍ਰਿਓ ਤੋ ਦੁਆਰੀ ਹਰ ਪ੍ਰਿਓ ਤੋ ਦੁਆਰੀ ਹਰ ਪ੍ਰਿਓ ਤੋ ਦੁਆਰੀ ਹਰ ਪ੍ਰਿਓ ਤੋ ਦੁਆਰੀ ਲੇਖਾ ਛੋੜ ਲੇਖੇ ਛੁਟੈ ਲੇਖਾ ਛੋੜ ਲੇਖੇ ਛੁਟੈ ਲੇਖਾ ਛੋੜ ਲੇਖੇ ਛੁਟੈ ਲੇਖਾ ਛੋੜ ਲੇਖੇ ਛੁਟੈ ਹਮ ਨਿਰਗੁਣ ਲੇਹੋ ਵਾਰੀ ਹਮ ਨਿਰਗੁਣ ਲੇਹੋ ਵਾਰੀ ਹਮ ਨਿਰਗੁਣ ਲੇਹੋ ਵਾਰੀ ਹਮ ਨਿਰਗੁਣ ਲੇਹੋ ਵਾਰੀ ਮਿਹਰਬਾਨ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਸਭਨਾ ਦੇ ਆਧਾਰੀ ਸਦ ਮਿਹਰਬਾਨੀ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਭਰਿਓ ਨਾਨਕ ਦਾਸ ਸੰਤ ਪਾਛੈ ਭਰਿਓ ਨਾਨਕ ਦਾਸ ਸੰਤ ਪਾਛੈ ਭਰਿਓ ਨਾਨਕ ਦਾਸ ਸੰਤ ਪਾਛੈ ਰੱਖ ਲਿਓ ਇਹ ਵਾਰੀ ਰੱਖ ਲਿਓ ਇਹ ਵਾਰੀ ਰੱਖ ਲਿਓ ਇਹ ਵਾਰੀ ਰੱਖ ਲਿਓ ਇਹ ਵਾਰੀ ਭਗਤ ਵਸ਼ਲ ਕਿਰਪਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਕਰੋ ਰਸਨਾ ਪਵਿੱਤਰ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਦੂਰੋਂ ਨੇੜਿਓਂ ਚੱਲ ਕਰਕੇ ਜੋ ਸਤਿਗੁਰੂ ਦੀ ਅਪਾਰ ਕਿਰਪਾ ਕੱਲ ਤਾਰਨ ਗੁਰੂ ਨਾਨਕ ਆਇਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਵਾਹਿਗੁਰੂ ਡੂਬਾ ਸੰਸਾਰਾਂ ਦੇ ਮਹਾਂਵਾਕ ਅਨੁਸਾਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਤਨ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ 550 ਸਾਲਾ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ ਜੋ 20 ਦਿਨਾਂ ਦੀ ਸਤਿਗੁਰਾਂ ਨੇ ਇਹ ਜਪਜੀ ਸਾਹਿਬ ਦੀ ਵਿਆਖਿਆ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਆਓ ਹਰ ਰੋਜ਼ ਦੀ ਤਰ੍ਹਾਂ ਸਮੇਂ ਅਨੁਸਾਰ ਜੋ ਪਾਵਨ ਵਿਚਾਰ ਹੈ, ਜਿਵੇਂ ਆਪ ਜੀਆਂ ਨੇ ਕੱਲ ਸਾਧ ਸੰਗਤ ਜੀਓ, ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ, ਚੌੜੀ 24 ਪੌੜੀਆਂ ਤੱਕ ਆਪ ਜੀ ਨੇ ਜੋ ਪਾਵਨ ਵਿਚਾਰ ਹੈ ਸਰਵਣ ਕੀਤੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਕਿਰਪਾ ਕਰਨ ਕਥਨ ਤੇ ਸੁਣਨ ਦੀ ਦਾਤ ਬਖਸ਼ਿਸ਼ ਕਰਕੇ, ਜਿਵੇਂ ਆਪਾਂ ਮੰਗਲਾ ਚਰਨ ਵਿੱਚ ਬੇਨਤੀ ਕੀਤੀ ਹੈ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੈ ਹੋਏ ਹੋ ਬਾਰੀ। ਸੱਚੇ ਪਾਤਸ਼ਾਹ ਇਹ ਜੀਵਨ ਜਿਹੜਾ ਵੱਡ ਮੁੱਲਾ ਹੈ, ਇਹਦੀ ਕੀਮਤ ਕੋਈ ਨਹੀਂ, ਕਿਰਪਾ ਕਰਕੇ ਮਹਾਰਾਜ ਆਪਣੀ ਸ਼ਰਨ ਵਿੱਚ ਰੱਖ ਕਰਕੇ ਉਬਾਰ ਲੈਣਾ ਕਰੋ। ਆਓ ਜੋ ਪਾਵਨ ਵਿਚਾਰ ਦੀ ਆਰੰਭਤਾ ਮਨ ਚਿਤ ਬਿਰਤੇ ਕਾਗਰ ਕਰਕੇ ਸਰਵਣ ਕਰੋ, ਅਸੀਸਾਂ ਦਿਓ, ਆਖੋ ਸਤਨਾਮ ਸਤਨਾਮ ਵਾਹਿਗੁਰੂ, ਬਹੁਤਾ ਕਰਮ ਲਿਖਿਆ ਨਾ ਜਾਏ। ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, 25ਵੀਂ ਪੌੜੀ ਰਾਹੀਂ ਇਸ ਸਾਰੇ ਜਗਤ ਨੂੰ ਸੰਸਾਰ ਦੇ ਲੋਕਾਂ ਨੂੰ ਸਮਝਾ ਰਹੇ ਨੇ। ਜਿਵੇਂ ਪਿਛਲੀ ਪੌੜੀਆਂ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਕਿ ਉਪਾਰ ਬ੍ਰਹਮ ਦਾ ਤਾਰ ਬਹੁਤ ਵੱਡਾ ਹੈ ਜਿਹੜਾ ਗਿਣਤੀ ਤੋਂ ਪਰੇ ਹੈ, ਜਿਵੇਂ ਅਗਲੀ ਪੌੜੀਆਂ ਵਿੱਚ ਵੀ ਆਵੇਗਾ, ਸੰਖ ਜਪ ਅਸੰਖ ਪਾਓ। ਅਗਲੀ ਪੌੜੀ ਵਿੱਚ ਬਚਨ ਆਉਂਦਾ ਹੈ ਕਿ ਅਮੁੱਲ ਗੁਣ ਅਮੁੱਲ ਵਾਪਾਰ, ਉਹ ਐਸਾ ਪਰਮੇਸ਼ੁਰ ਵਾਹਿਗੁਰੂ, ਹਜ਼ੂਰ ਕਹਿੰਦੇ ਭਾਈ ਬਹੁਤਾ ਕਰਮ ਲਿਖਿਆ ਨਾ ਜਾਏ, ਐਸਾ ਉਹ ਪਰਮੇਸ਼ੁਰ ਦੇ ਕਰਮ ਨੇ, ਦਾਤਾਂ ਨੇ, ਜਿਹੜੀਆਂ ਲਿਖਣ ਵਿੱਚ ਨਹੀਂ ਆਉਂਦੀਆਂ। ਵੱਡਾ ਦਾਤਾ ਤਿਲ ਨਾ ਤਮਾਏ, ਭਾਵ ਐਸਾ ਉਹ ਵੱਡਾ ਦਾਤਾਰ ਹੈ, ਉਹ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜਿਹਦੀ ਮਹਿਮਾ ਜਿਹੜੀ ਹੈ ਕਹਿਣ ਕਥਨ ਤੋਂ ਪਰੇ ਹੈ। ਕੀਤੇ ਮੰਗੈ ਜੋਧ ਅਪਾਰ, ਹਜ਼ੂਰ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਿਹੜੇ ਲੋਕ ਨੇ, ਜੀਵ ਨੇ, ਉਹ ਪਰਮੇਸ਼ੁਰ ਕੋਲੋਂ ਮੰਗਦੇ ਨੇ, ਮੰਗ ਕਰਕੇ ਖਾਂਦੇ ਹਨ। ਕੀਤਿਆਂ ਗਣਤ ਨਹੀਂ ਵਿਚਾਰ, ਕਿੰਨੇ ਅਣਗਿਣਤ ਅਸੰਖ ਲੋਕ ਜਿਹੜੇ ਨੇ ਉਹ ਪਰਮੇਸ਼ੁਰ ਦੀ ਗਣਤ ਵਿਚਾਰ ਕਰਦੇ ਨੇ, ਵਡਿਆਈ ਕਰਦੇ ਹਨ। ਕੀਤੇ ਖੱਪ ਟੁੱਟੈ ਵੇਕਾਰ, ਕੀਤੇ ਖੱਪ ਟੁੱਟੈ ਵੇਕਾਰ, ਤੇ ਕਿੰਨੇ ਕੁ ਜਿਹੜੇ ਨੇ ਪਰਮੇਸ਼ੁਰ ਦੀ ਵਡਿਆਈ ਕਰ ਕਰਕੇ ਥੱਕ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਕੀਤੇ ਲੈ ਲੈ ਮੁਕਰ ਪਾਹੇ, ਕਿੰਨੇ ਕੁ ਜਿਹੜੇ ਨੇ ਉਹ ਪਰਮੇਸ਼ੁਰ ਕੋਲੋਂ ਦਾਤਾਂ ਵੀ ਲੈਂਦੇ ਨੇ, ਅਤੇ ਇਹ ਨਹੀਂ ਕਹਿੰਦੇ ਕਿ ਦਾਤ ਜਿਹੜੀ ਆ ਪਰਮੇਸ਼ੁਰ ਦੀ ਹੈ, ਇਹ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੈ, ਸਾਰਾ ਕੁਝ ਜਿਹੜਾ ਦਿੰਦਾ ਉਹ ਪਰਮੇਸ਼ੁਰ ਦੇਣ ਹਾਰ ਹੈ, ਪਰ ਅਸੀਂ ਇਹ ਨਹੀਂ ਕਹਿੰਦੇ ਇਹ ਪੇ ਦਾਤ ਤੇਰੀ ਦਾਤਾਰ, ਅਸੀਂ ਇਹ ਕਹਿੰਦੇ ਭਾਈ ਮੁੱਕਰ ਜਾਂਦੇ ਹਾਂ। ਹਜ਼ੂਰ ਕਹਿੰਦੇ ਭਾਈ ਬਹੁਤ ਵੱਡੀਆਂ ਵੱਡੀਆਂ ਦਾਤਾਂ ਪਰਮੇਸ਼ੁਰ ਕੋਲੋਂ ਪ੍ਰਾਪਤ ਹੁੰਦੀਆਂ ਹਨ। ਕੀਤੇ ਮੂਰਖ ਖਾਹੀ ਖਾਹੇ, ਕਿੰਨੇ ਕੁ ਅਸੰਖ ਜਿਹੜੇ ਮੂਰਖ ਲੋਕ ਹਨ ਉਹ ਪਰਮੇਸ਼ੁਰ ਦੀ ਦਾਤ ਲੈ ਕਰਕੇ ਖਾ ਰਹੇ ਹਨ। ਕੀਤਿਆਂ ਦੁੱਖ ਭੂਖ ਸਦਮਾਰ, ਭਾਵ ਕਿੰਨੇ ਕੁ ਜਿਹੜੇ ਮਨੁੱਖ ਨੇ ਉਹ ਦੁੱਖ ਦੇ ਵਿੱਚ ਜੀਵਨ ਬਤੀਤ ਕਰਦੇ ਨੇ, ਹਜ਼ੂਰ ਕਹਿੰਦੇ ਨੇ ਕਿੰਨੇ ਕੁ ਜਿਹੜੇ ਮਨੁੱਖ ਨੇ ਉਹ ਕਰਮਾਂ ਮੁਤਾਬਿਕ ਦੁੱਖ ਤੇ ਸੁੱਖ ਜਿਹੜਾ ਉਹ ਪ੍ਰਾਪਤ ਕਰ ਰਹੇ ਹਨ। ਇਹ ਵੀ ਦਾਤ ਤੇਰੀ ਦਾਤਾਰ, ਪਰ ਇਹ ਜਿਹੜੀ ਦਾਤ ਹੈ ਭਾਵੇਂ ਕੋਈ ਸੁੱਖ ਵਿੱਚ ਹੈ ਭਾਵੇਂ ਕੋਈ ਦੁੱਖ ਵਿੱਚ ਹੈ, ਇਸ ਨੂੰ ਮੰਨ ਲੈਣਾ, ਇਹ ਹਜ਼ੂਰ ਕਹਿੰਦੇ ਨੇ ਪੰਚ ਤੇ ਪ੍ਰਵਾਨ ਪੰਚ ਪ੍ਰਧਾਨ, ਇਹ ਵੱਡੀ ਜਿਹੜੀ ਪਦਵੀ ਹੈ ਜਦੋਂ ਕਿਸੇ ਜੀਵ ਨੂੰ ਪ੍ਰਾਪਤ ਹੁੰਦੀ ਹੈ ਫਿਰ ਉਹ ਇਸ ਗੱਲ ਨੂੰ ਕਹਿੰਦਾ ਮਹਾਰਾਜ ਜੇ ਦੁੱਖ ਹੈ ਤੇ ਇਹ ਵੀ ਤੇਰੀ ਦਾਤ ਹੈ, ਜੇ ਸੁੱਖ ਹੈ ਇਹ ਵੀ ਤੇਰੀ ਦਾਤ ਹੈ। ਬੰਦ ਖਲਾਸੀ ਪਾਣੇ ਹੋਏ, ਭਾਵ
ਉਸ ਪਰਮੇਸ਼ਰ ਦੀ ਸਤਿਗੁਰ ਕਹਿੰਦੇ ਨੇ ਜਿਹੜਾ ਪਰਮੇਸ਼ਰ ਦੇ ਪਾਣੇ ਨੂੰ ਮਿੱਠਾ ਕਰਕੇ ਮੰਨ ਲਵੇ ਉਹੀ ਇਸ ਬੰਦ ਖਲਾਸੀ ਤੋਂ ਮਾਇਆ ਦੀ ਇਹ ਜਿਹੜਾ ਕੂੜ ਦਾ ਪਸਾਰਾ ਇਸ ਤੋਂ ਛੁਟਕਾਰਾ ਮਿਲ ਸਕਦਾ। ਪਰ ਇੱਕ ਯਤਨ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਕਿ ਬੰਦ ਖਲਾਸੀ ਪਾਣਾ ਹੋਵੇ। ਇਹ ਪੂਰੀ ਪੰਕਤੀ ਵਿੱਚ ਅਰਥ ਹੈ, ਪਹਿਲਾਂ ਹੈ ਬੰਦ ਖਲਾਸੀ। ਬੰਦ ਖਲਾਸੀ ਇਹ ਵਿਕਾਰਾਂ ਤੋਂ ਕਿਵੇਂ ਖਲਾਸੀ ਹੋ ਸਕਦੀ ਹੈ? ਬੰਦ ਜਿਹੜੇ ਇਹ ਬੰਧਨ ਨੇ, ਸਮਝ ਆ ਗਈ ਨਾ, ਜਿਹੜੇ ਇਹ ਵਿਕਾਰਾਂ ਦੇ ਬੰਧਨ ਨੇ, ਜਮਾਂ ਦੇ ਬੰਧਨ ਨੇ, ਜੰਮਣ ਮਰਨ ਦਾ ਬੰਧਨ ਹੈ। ਬੰਦ ਖਲਾਸੀ, ਖਲਾਸੀ ਕਿਵੇਂ ਹੋਏ ਤਾਂ ਅਗਲਾ ਬਚਨ ਕਰਦੇ ਭਾਣੇ ਹੋਏ। ਬੰਦ ਖਲਾਸੀ ਭਾਣੇ ਹੋਏ, ਜਿਹੜਾ ਭਾਣੇ ਵਿੱਚ ਰਹੇਗਾ ਉਹਦੀ ਇਹ ਬੰਦ ਖਲਾਸੀ ਹੋ ਜਾਵੇਗੀ। ਹੋਰ ਆਖ ਨਾ ਸਕੈ ਕੋਈ, ਕਹਿੰਦੇ ਹੋਰ ਕੋਈ ਤਰੀਕਾ ਨਹੀਂ। ਜੇ ਕੋਈ ਕਵੇ ਮੈਂ ਮਾਇਆ ਦੇ ਪ੍ਰਭਾਵ ਤੋਂ ਬਚ ਜਾਵਾਂ, ਮੈਂ ਕਾਮ ਤੋਂ ਬਚ ਜਾਵਾਂ, ਮੈਂ ਕ੍ਰੋਧ ਤੋਂ ਬਚ ਜਾਵਾਂ, ਇਹ ਪੰਜੇ ਵਿਸ਼ੇ ਵਿਕਾਰ ਇੰਨੇ ਵੱਡ ਜੋਧੇ ਨੇ, ਇਹਨਾਂ ਤੋਂ ਬਚਣਾ ਬਹੁਤ ਔਖਾ ਹੈ। ਕਿਸੇ ਨਾ ਕਿਸੇ ਵਿਕਾਰ ਵਿੱਚ ਇਹ ਬੰਦਾ ਉਹਨਾਂ ਦੇ ਵੱਸ ਵਿੱਚ ਆ ਜਾਂਦਾ ਹੈ। ਹਜ਼ੂਰ ਕਹਿੰਦੇ ਹੋਰ ਆਖ ਨਾ ਸਕੈ ਕੋਈ, ਸਾਰੇ ਜਪਿਆ ਕਰੋ, ਰਸਨਾ ਪਵਿੱਤਰ ਹੁੰਦੀ ਹੈ। ਇੱਥੇ ਬੈਠੇ ਉਹ ਜੁੜਨ ਦਾ ਇਹੋ ਹੀ ਮਕਸਦ ਹੈ, ਪਤਾ ਨਹੀਂ ਕਿਸ ਵੇਲੇ ਰਸਨਾ ਤੋਂ ਨਿਕਲਿਆ ਸ਼ਬਦ ਕਿਨਕਾ ਏਕ ਜਿਸ ਜੀਵ ਵਸਾਵੇ। ਇੱਥੇ ਸੁਸਤੀ ਨਹੀਂ ਪਾਉਣੀ, ਇੱਥੇ ਤੇ ਸੁਚੇਤ ਹੋ ਕੇ ਕੋਈ ਅੱਖਰ ਵਿਸਰ ਨਾ ਜਾਏ, ਕੋਈ ਅੱਖਰ ਨਿਕਲ ਨਾ ਜਾਏ, ਕਿਤੇ ਸਾਡੀ ਸੁਰਤ ਹੋਰ ਨਾ ਪਹੁੰਚੀ ਹੋਵੇ ਅਤੇ ਕੋਈ ਐਸਾ ਵਚਨ ਨਾ ਨਿਕਲ ਜਾਏ। ਸਾਧ ਸਿੰਘ ਵਿੱਚ ਸੁਚੇਤ ਹੋ ਕੇ, ਚੇਤਨ ਹੋ ਕਰਕੇ ਗੁਰੂ ਦੇ ਹੁਕਮ ਨੂੰ ਸੁਣਨਾ ਹੈ। ਹਜ਼ੂਰ ਕਹਿੰਦੇ ਭਾਈ ਬੰਦ ਖਲਾਸੀ ਤਾਂ ਹੋ ਸਕਦੀ ਹੈ ਜੇ ਬੰਦਾ ਇਹ ਜੀਵ ਭਾਣੇ ਵਿੱਚ ਰਹੇ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਹੋਰ ਆਖ ਨਾ ਸਕੈ ਕੋਈ, ਅਤੇ ਜੇ ਕੋਈ ਕਵੇ ਹੋਰ ਕੋਈ ਤਰੀਕਾ ਲੱਭ ਲਵਾਂ, ਅਤੇ ਮਹਾਰਾਜ ਕਹਿੰਦੇ ਭਾਈ ਇਹ ਹੋ ਨਹੀਂ ਸਕਦਾ, ਹੋਰ ਕੋਈ ਇਹਨਾਂ ਵਿਕਾਰਾਂ ਤੋਂ ਬਚਣ ਲਈ ਹੋਰ ਕੋਈ ਛੁਟਕਾਰਾ ਨਹੀਂ। ਜੇ ਕੋ ਖਾਇਕ ਆਖਣ ਪਾਏ, ਮਹਾਰਾਜ ਕਹਿੰਦੇ ਜੇ ਕੋਈ ਕਵੇ, ਜੇ ਕੋਈ ਆਖੇ, ਜੇ ਕੋਈ ਬੋਲੇ, ਦੇਖੋ ਹਰ ਗੱਲ ਦਾ ਮਹਾਰਾਜ ਨੇ ਉੱਤਰ ਦਿੱਤਾ। ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਕਵੇ ਮੈਂ ਛੁਟਕਾਰਾ ਪਾ ਲਵਾਂਗਾ, ਹੋਰ ਬੜੇ ਤਰੀਕੇ ਹਨ। ਉਹ ਜਾਣੇ ਜੇ ਤਿਆ ਮੂੰਹ ਖਾਏ, ਮਹਾਰਾਜ ਕਹਿੰਦੇ ਫਿਰ ਉਹਨੂੰ ਜਮਾਂ ਦੀ ਮਾਰ ਪੈਂਦੀ ਹੈ, ਫਿਰ ਉਹਨੂੰ ਮੂੰਹ ਦੀ ਪੈਂਦੀ ਹੈ। ਹਜ਼ੂਰ ਕਹਿੰਦੇ ਫਿਰ ਇਹ ਤਰੀਕਾ, ਉਹ ਜਿਹੜੀ ਜਮਾਂ ਦੀ ਮਾਰ, ਮੂੰਹ ਦੀ ਮਾਰ ਪੈ ਕਰਕੇ ਦੁਖੀ ਹੁੰਦਾ ਹੈ, ਆਪੇ ਜਾਣੇ ਆਪੇ ਦੇ, ਉਹ ਆਪੇ ਹੀ ਜਾਣਦਾ, ਆਪੇ ਜਾਣੇ ਆਪੇ ਦੇ, ਉਹ ਆਪੇ ਜਾਣਦਾ ਕਿੱਡਾ ਕਿੰਨਾ ਕਿਹੜੀ ਜੀਵ ਕਿਹੜਾ ਵਸਤੂ ਪਰਮੇਸ਼ਰ ਨੇ ਕਿਹੜੇ ਜੀਵ ਨੂੰ ਦੇਣਾ। ਦੇਖੋ ਕਈ ਵਾਰੀ ਬੰਦਾ ਆਸ ਬੇਸਮਝ ਹੁੰਦਾ ਅਤੇ ਪਰਮਾਤਮਾ ਨੂੰ ਇਸ ਤਰ੍ਹਾਂ ਦੀ ਚੀਜ਼ ਨਹੀਂ ਦਿੰਦਾ ਕਿ ਉਹ ਚੀਜ਼ ਦੇ ਕਰਕੇ ਉਹਦਾ ਨੁਕਸਾਨ ਹੋ ਜੇ। ਜਿਵੇਂ ਮਾਂ ਪਿਓ ਪੁੱਤਰ ਮੰਗਦਾ ਬੜਾ ਕੁਛ ਹੈ, ਅਸੀਂ ਕਈ ਵਾਰੀ ਬੜਾ ਕੁਛ ਮੰਗਦੇ ਹਾਂ, ਪਰ ਹਜ਼ੂਰ ਕਹਿੰਦੇ ਜੋ ਕੁਝ ਮੰਗਦਾ ਉਹ ਪਤਾ ਨਹੀਂ ਪਰਮੇਸ਼ਰ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ। ਹਜ਼ੂਰ ਇੱਥੇ ਕਿਰਪਾ ਕਰਦੇ ਨੇ ਆਪੇ ਜਾਣੇ ਆਪੇ ਦੇ, ਉਹ ਪਰਮੇਸ਼ਰ ਆਪ ਜਾਣਦਾ ਕੀ ਮਨੁੱਖ ਨੂੰ ਦੇਣਾ ਤੇ ਕੀ ਨਹੀਂ ਦੇਣਾ। ਆਖੇ ਸੇ ਵੀ ਕਈ ਕੇ, ਬਹੁਤ ਜਿਹੜੇ ਮਨੁੱਖ ਨੇ ਉਹ ਪਰਮੇਸ਼ਰ ਕੋਲੋਂ ਦਾਤਾ ਲੈਂਦੇ ਨੇ, ਮੰਗਦੇ ਨੇ, ਮੰਗਦੇ ਰਹਿੰਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਾਲਾ, ਪਰ ਹਜ਼ੂਰ ਕਹਿੰਦੇ ਜਿਸ ਨੂੰ ਇਹ ਵੱਡੀ ਦਾਤ ਜਿਹੜੀ ਹੈ, ਜਿਸ ਜੀਵ ਉੱਤੇ ਉਹ ਟੁੱਟ ਜਾਂਦਾ ਹੈ, ਮਿਹਰਬਾਨ ਹੋ ਜਾਂਦਾ ਹੈ, ਉਸ ਨੂੰ ਇਹ ਅਮੋਲਕ ਜਿਹੜੀ ਦਾਤ ਹੈ, ਨਾਮ ਦਾ ਜੋ ਖਜ਼ਾਨਾ ਹੈ, ਉਸ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ, ਹਜ਼ੂਰ ਕਹਿੰਦੇ ਫਿਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਅੱਜ ਬੰਦਾ ਚਿੰਤਾ ਤੋਂ ਰਹਿਤ ਨਹੀਂ, ਅੱਜ ਬੰਦਾ ਦੁੱਖਾਂ ਤੋਂ ਪਰੇ ਨਹੀਂ, ਅੱਜ ਬੰਦਾ ਸਾਧ ਸੰਗਤ ਜੀ ਉਹ ਦੁਨਿਆਵੀ ਦੁੱਖ, ਸੰਸਾਰਿਕ ਦੁੱਖ ਇਹਨਾਂ ਤੋਂ ਪਰੇ ਨਹੀਂ। ਪਰ ਹਜ਼ੂਰ ਕਹਿੰਦੇ ਜਦੋਂ ਜੀਵ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਉਹ ਪਾਤਸ਼ਾਹਾਂ ਵਰਗੀ ਜਿਹੜੀ ਪਦਵੀ ਹੈ ਪ੍ਰਾਪਤ ਕਰ ਲੈਂਦਾ ਹੈ। ਇਹ ਬਹੁਤ ਵੱਡੀ ਦਾਤ ਹੈ ਸਾਧ ਸਿੰਘ ਜੀ ਪਾਤਸ਼ਾਹ ਬਣਨਾ। ਹਜ਼ੂਰ ਕਹਿੰਦੇ ਕਿ ਗੁਰੂ ਕੇ ਸਿੱਖਾ, ਜੇ ਤੂੰ ਇਹਨਾਂ ਬਚਨਾਂ 'ਤੇ ਚੱਲੇਗਾ, ਜੇ ਤੂੰ ਇਹਨਾਂ ਬਚਨਾਂ ਨੂੰ ਮੰਨ ਲਵੇਂਗਾ, ਤਾਂ ਤੈਨੂੰ ਇਹ ਵਮੋਲਕ ਜਿਹੜੀ ਦਾਤ ਹੈ, ਪਾਤਸ਼ਾਹਾਂ ਵਾਲੀ ਜਿਹੜੀ ਦਾਤ ਹੈ, ਪ੍ਰਾਪਤ ਹੋ ਜਾਵੇਗੀ। ਜਿੱਥੇ ਤੁਸੀਂ ਬੈਠੇ ਹੋ, ਕੋਈ ਵੀ ਦੁਨੀਆ ਦਾ ਐਸਾ ਸਥਾਨ ਨਹੀਂ ਜਿਹੜਾ ਇਸ ਸਥਾਨ ਤੋਂ ਉੱਚਾ ਹੋ ਸਕੇ। ਇੱਕ ਰਾਗ ਗਾਉਣ ਅੰਦਰ ਬਚਨ ਆਉਂਦਾ, ਮੈਂ ਸਾਂਝਾ ਕਰ ਦੇਵਾਂ, ਬੜਾ ਪਿਆਰਾ ਬਚਨ ਹੈ ਭਗਤ ਨਾਮਦੇਵ ਜੀ ਦਾ।
ਭਗਤ ਨਾਮਦੇਵ ਜੀ ਰਾਗ ਗੋਂਡ ਅੰਦਰ ਕਿਰਪਾ ਕਰਦੇ ਨੇ, ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ, ਇਹ ਭਗਤ ਨਾਮਦੇਵ ਜੀ ਰਾਗ ਗੋਂਡ ਅੰਦਰ ਕਿਰਪਾ ਕਰਦੇ ਨੇ ਕਿ ਜਿਵੇਂ ਪਿਛਲੇ ਸਮੇਂ ਅੰਦਰ ਅਸਮੇਧ ਜਗ ਨੇ, ਅਸਮੇਧ ਜਗ ਆਪ ਜੀ ਨੇ ਨਾਮ ਸੁਣਿਆ ਹੋਵੇਗਾ, ਗੱਲ ਬੜੀ ਸਾਧ ਸਿੰਘ ਜੀ ਗਹਿਰਾਈ ਦੀ ਹੈ, ਸੁਣਿਓ, ਜਿੱਥੇ ਤੁਸੀਂ ਬੈਠੇ ਹੋ ਇਹਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ, ਪਰ ਬਿਆਨ ਕਦੋਂ ਨਹੀਂ ਕਰ ਸਕਦਾ ਜਦੋਂ ਅਸੀਂ ਜੁੜੇ ਹੋਵਾਂਗੇ, ਭਾਵੇਂ ਸਾਰੀ ਜ਼ਿੰਦਗੀ ਬੈਠੇ ਰਹੀਏ ਫਿਰ ਤਾਂ ਉਸ ਬੰਦੇ ਦੀ ਮਹਿਮਾ ਕਹਿ ਸਕਦੇ ਹਾਂ, ਪਰ ਮਹਾਰਾਜ ਕਹਿੰਦੇ ਜਿਹੜੇ ਜੁੜੇ ਨੇ ਉਹਨਾਂ ਦੀ ਮਹਿਮਾ ਜਿਹੜੀ ਹੈ ਉਹ ਬੇਅੰਤ ਹੈ। ਰਾਗ ਗੋਂਡ ਅੰਦਰ ਜਿਹੜੇ ਬਾਣੀ ਪੜ੍ਹਨ ਵਾਲੇ ਹੋ ਨਾ, ਉਹ ਕਦੇ ਸ਼ਬਦ ਨੂੰ ਵਿਚਾਰਿਓ ਘਰ ਜਾ ਕੇ, ਫਿਰ ਪਤਾ ਲੱਗੇਗਾ ਗੁਰੂ ਨਾਨਕ ਸਾਹਿਬ ਨੇ ਕਿੱਡੀ ਕੁ ਵੱਡੀ ਦਾਤ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕੀਤੀ ਹੈ। ਹਜ਼ੂਰ ਦਾ ਬਚਨ ਆਉਂਦਾ ਰਾਗ ਗੋਂਡ ਅੰਦਰ, ਕਹਿੰਦੇ ਨੇ ਅਸਮੇਧ ਜਗ ਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ, ਇਹ ਤਿੰਨ ਗੱਲਾਂ ਦਾ ਉਦਾਹਰਣ ਦੇ ਕੇ ਫਿਰ ਇਸ ਨਾਮ ਦੀ ਵਡਿਆਈ ਕੀਤੀ ਹੈ। ਅਸਮੇਧ ਜਗ ਨੇ ਪਿਛਲੇ ਸਮਿਆਂ ਵਿੱਚ ਜਦੋਂ ਸਿੱਖੀ ਗੁਰੂ ਨਾਨਕ ਸਾਹਿਬ ਸੰਸਾਰ 'ਤੇ ਨਹੀਂ ਆਏ, ਦੁਆਪਰ ਅਤੇ ਤ੍ਰੇਤੇ ਵਿੱਚ ਜਿਹੜੇ ਰਿਸ਼ੀ ਮੁਨੀ ਲੋਕ ਸਨ ਉਹ ਅਸਮੇਧ ਜਗ ਕਰਦੇ ਸਨ, ਪਰ ਅੱਜ ਦੇ ਸਮੇਂ ਅੰਦਰ ਅਸਮੇਧ ਜਗ ਕਰਨਾ ਬਹੁਤ ਔਖਾ। ਮੈਂ ਤਾਂ ਕਹਿੰਦਾ ਬਲਹਾਰ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਰਸਨਾ ਪਵਿੱਤਰ ਕਰ ਲਿਓ ਸੁਚੇਤ ਹੋ ਕੇ, ਐਸੇ ਗੁਰ ਕੋ ਬਲ ਬਲ ਜਾਈਏ, 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 ਆਪ ਮੁਕਤ ਮੋਹਿ ਤਾਰੇ, 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 ਐਸੇ ਗੁਰ ਕੋ ਬਲ ਬਲ ਜਾਈਏ, 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 ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਨੀਚ ਕੋ ਕੋਈ ਨਾ ਜਾਣੈ। ਬਚਨ ਕਿੱਥੋਂ ਆਰੰਭ ਹੋਇਆ? ਨਾਨਕ ਪਾਤਸ਼ਾਹੀ ਪਾਤਸ਼ਾਹ, ਕਿੱਡੀ ਕੁ ਵੱਡੀ ਪਦਵੀ ਹੈ। ਮਹਾਰਾਜ ਕਹਿੰਦੇ ਜਿਹਨੂੰ ਸੰਸਾਰ ਨਹੀਂ ਜਾਣਦਾ, ਕਈ ਵਾਰੀ ਹੁੰਦਾ ਹੈ ਨਾਲ ਦਾ ਜਿਹੜਾ ਗੁਆਂਢੀ ਉਹਨੂੰ ਵੀ ਨਹੀਂ ਪਤਾ ਲੱਗਦਾ ਘਰ ਵਿੱਚ ਰਹਿੰਦੇ ਕਿੰਨੇ ਕੁ ਜੀ ਨੇ, ਪਰ ਮਹਾਰਾਜ ਕਹਿੰਦੇ ਇਸ ਸੰਸਾਰ ਦੀ ਗੱਲ ਨਹੀਂ। ਹੁਣ ਮਹਾਰਾਜ ਬਚਨ ਕੀ ਕਰਦੇ ਨੇ? ਕੱਲੇ ਇਸ ਬ੍ਰਹਿਮੰਡ ਦੀ ਗੱਲ ਨਹੀਂ। ਨਾਮ ਜਪਤ ਉਹ ਚੌਕੁੰਟ ਮਾਨੈ, 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 ਨਾਮ ਜਪਤ ਉਹ ਚੌਕੁੰਟ ਮਾਨੈ। ਗੱਲ ਸਮਝ ਆ ਗਈ ਨਾ? ਮਹਾਰਾਜ ਕਹਿੰਦੇ ਜਿਹਨੂੰ ਘਰ ਦਾ ਗੁਆਂਢੀ ਵੀ ਨਹੀਂ ਜਾਣਦਾ ਕੌਣ ਰਹਿੰਦਾ, ਇੱਕ ਗੱਲ ਇਹ ਹੈ, ਇੱਕ ਨਗਰ ਦੀ ਗੱਲ ਹੈ, ਉਸ ਤੋਂ ਬਾਅਦ ਗੱਲ ਮਹਾਰਾਜ ਕਹਿੰਦੇ ਇੱਕ ਯੁੱਗ ਦੀ। ਮਹਾਰਾਜ ਕਹਿੰਦੇ ਜਿਹਨੂੰ ਕੋਈ ਜਾਣਦਾ ਨਹੀਂ, ਮਹਾਰਾਜ ਕਹਿੰਦੇ ਇੱਕ ਯੁੱਗ ਦੀ ਗੱਲ ਨਹੀਂ, ਦੋ ਯੁੱਗਾਂ ਦੀ ਗੱਲ ਨਹੀਂ, ਚਾਰ ਯੁੱਗ ਉਸਨੂੰ ਨਮਸਕਾਰ ਕਰਨਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਜਪਣ ਦੀ ਵਡਿਆਈ ਹੈ। ਨਾਮ ਜਪਤ ਉਹ ਚੋ ਕੁੰਟ ਮਨ, ਚਾਰ ਯੁੱਗ ਉਹਦੀ ਵਡਿਆਈ ਕਰਨਗੇ, ਉਹਦੇ ਹੁਕਮ ਵਿੱਚ ਰਹਿਣਗੇ। ਭਗਤ ਨਾਮਦੇਵ ਜੀ ਕਹਿੰਦੇ ਨੇ ਅਸਮੇਧ ਜਗ ਨੇ, ਹੁਣ ਗੱਲ ਨੂੰ ਸਮਝੋ, ਜਿੱਥੇ ਤੁਸੀਂ ਬੈਠੇ ਹੋ ਇਹ ਆਮ ਚੀਜ਼ ਨਹੀਂ, ਆਮ ਜਗ੍ਹਾ ਨਹੀਂ, ਇਸ ਜਗ੍ਹਾ ਨੂੰ ਦੇਵੀ ਦੇਵਤੇ ਲੋਚਦੇ ਨੇ। ਹਜ਼ੂਰ ਕਹਿੰਦੇ ਨੇ ਅਸ ਪਿਛਲੇ ਸਮਿਆਂ ਵਿੱਚ ਜਿਵੇਂ ਰਿਸ਼ੀ ਮੁਦੀ ਮੁਨੀ ਜਿਹੜੇ ਸਨ, ਦੇਵੀ ਦੇਵਤੇ ਜਿਹੜੇ ਸਨ, ਅਸਮੇਧ ਜਗ ਕਰਦੇ ਸਨ। ਅਸਮੇਧ ਜਗ ਕਰਕੇ ਬਹੁਤ ਵੱਡਾ ਫਲ ਮੰਨਿਆ ਜਾਂਦਾ ਸੀ, ਪਰ ਭਗਤ ਨਾਮਦੇਵ ਜੀ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਇੱਕ ਵਾਰੀ
ਪਾਂਡਵਾਂ ਨੇ ਅਸ਼ਵਮੇਧ ਜੱਗ ਕੀਤਾ। ਬਹੁਤ ਔਖਾ ਅਸ਼ਵਮੇਧ ਜੱਗ ਕਰਨਾ, ਬੜੀ ਲੰਬੀ ਵਿਆਖਿਆ। ਮੈਂ ਸੁੱਚ ਆਪ ਜੀ ਨੂੰ ਸੁਖਾਲੇ ਤਰੀਕੇ ਦੇ ਨਾਲ ਸੰਖੇਪ ਵਿੱਚ ਵਿਚਾਰ ਕਰ ਦੇਵਾਂ। ਰਾਮ ਚੰਦਰ ਜੀ ਨੇ ਵੀ ਇੱਕ ਵਾਰੀ ਸਾਧ ਸਿੰਘ ਜੀ ਅਸ਼ਵਮੇਧ ਜੱਗ ਕੀਤਾ ਸੀ। ਜਿਹੜੇ ਘੋੜੇ ਛੱਡੇ ਸਨ, ਲਵ ਕੁਸ਼ ਨੇ ਫੜੇ ਸਨ, ਇਹ ਬਹੁਤ ਵੱਡੀ ਵਿਆਖਿਆ ਹੈ। ਪਰ ਮੈਂ ਸੁੱਚ ਆਪ ਜੀ ਨੂੰ ਸੁਖਾਲੇ ਤਰੀਕੇ ਨਾਲ ਸਮਝਾ ਦੇਵਾਂ। ਇੱਕ ਵਾਰੀ ਪਾਂਡਵਾਂ ਨੇ ਅਸ਼ਵਮੇਧ ਜੱਗ ਕੀਤਾ ਅਤੇ ਅਸ਼ਵਮੇਧ ਜੱਗ ਕੀਤਾ ਅਤੇ ਪਾਂਡਵਾਂ ਦੇ ਨਾਲ ਦਰੋਪਦੀ ਹੈ, ਅਤੇ ਕਹਿੰਦੇ ਨੇ ਜਦੋਂ ਅਸ਼ਵਮੇਧ ਜੱਗ ਦੀ ਸਮਾਪਤੀ ਹੁੰਦੀ ਹੈ ਅਤੇ ਉਹਦੇ ਸੰਪੂਰਨ ਹੋਣ ਦਾ ਕੋਈ ਨਾ ਕੋਈ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸੰਪੂਰਨ ਹੋਵੇਗਾ ਅਤੇ ਸਾਨੂੰ ਕੋਈ ਨਾ ਕੋਈ ਨਿਸ਼ਾਨੀ ਪ੍ਰਾਪਤ ਹੋਵੇਗੀ। ਕਹਿੰਦੇ ਨੇ ਅਸ਼ਵਮੇਧ ਜੱਗ ਦੀ ਸੰਪੂਰਨਤਾ ਹੋ ਗਈ। ਬਹੁਤ ਸਮਾਂ ਲੱਗਿਆ ਅਤੇ ਪਾਂਡਵਾਂ ਨੇ ਪੁੱਛਿਆ ਦਰੋਪਦੀ ਨੂੰ ਕਿ ਅਸ਼ਵਮੇਧ ਜੱਗ ਦਾ ਕੋਈ ਨਿਸ਼ਾਨੀ ਪ੍ਰਾਪਤ ਨਹੀਂ ਹੋਈ, ਲੱਗਦਾ ਅਸ਼ਵਮੇਧ ਜੱਗ ਸੰਪੂਰਨ ਨਹੀਂ ਹੋਇਆ। ਪਿਛਲੇ ਸਮਿਆਂ ਵਿੱਚ ਇਸ ਤਰ੍ਹਾਂ ਹੁੰਦਾ ਸੀ। ਜਾ ਕੇ ਭਗਵਾਨ ਕ੍ਰਿਸ਼ਨ ਨੂੰ ਪੁੱਛੀ ਅਸ਼ਵਮੇਧ ਜੱਗ ਪੂਰਨ ਕਿਉਂ ਨਹੀਂ ਹੋਇਆ। ਕਹਿੰਦੇ ਨੇ ਜਾ ਕਰਕੇ ਭਗਵਾਨ ਕ੍ਰਿਸ਼ਨ ਨੂੰ ਪੁੱਛਿਆ, ਪਾਂਡਵਾਂ ਨੇ ਬੇਨਤੀ ਕੀਤੀ, ਮਹਾਰਾਜ ਅਸ਼ਵਮੇਧ ਜੱਗ ਕੀਤਾ ਹੈ, ਸੰਪੂਰਨ ਵੱਲ ਹੈ, ਪਰ ਕੋਈ ਨਿਸ਼ਾਨੀ ਨਹੀਂ ਪ੍ਰਾਪਤ ਹੋਈ ਕਿ ਪ੍ਰਾਪਤ ਹੋਇਆ ਕਿ ਨਹੀਂ ਹੋਇਆ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਅਸ਼ਵਮੇਧ ਜੱਗ ਤੇ ਕਰ ਲਿਆ, ਪਰ ਤੁਸੀਂ ਕੋਈ ਪੂਰਨ ਮਹਾਂਪੁਰਖ ਨੂੰ ਲੰਗਰ ਨਹੀਂ ਛਕਾਇਆ। ਜਿੰਨਾ ਚਿਰ ਤੁਸੀਂ ਲੰਗਰ ਨਹੀਂ ਛਕਾਓਗੇ, ਇਹ ਜਿਹੜਾ ਅਸ਼ਵਮੇਧ ਜੱਗ ਹੈ ਪੂਰਨ ਨਹੀਂ ਹੋਵੇਗਾ। ਦਰੋਪਦੀ ਨੇ ਪੁੱਛਿਆ, ਮਹਾਰਾਜ ਇਸ ਸਮੇਂ ਪੂਰਨ ਸਾਧੂ ਕੌਣ ਹੈ? ਕਹਿੰਦੇ ਇੱਕ ਹੈ ਇਸ ਸਮੇਂ ਵਾਲਮੀਕ ਜੀ ਨੇ, ਉਹਨਾਂ ਕੋਲ ਜਾਓ, ਉਹਨਾਂ ਨੂੰ ਬੁਲਾਓ ਅਤੇ ਉਹ ਜੇ ਪ੍ਰਸ਼ਾਦਾ ਤੁਹਾਡੇ ਘਰ ਛਕ ਲੈਣਗੇ ਅਤੇ ਉਸ ਤੋਂ ਬਾਅਦ ਜਿਹੜੇ ਮੰਦਰ ਵਿੱਚ ਘੜਿਆਲ ਟੰਗੇ ਨੇ ਇਹ ਆਪੇ ਵੱਜਣੇ ਸ਼ੁਰੂ ਹੋ ਜਾਣਗੇ। ਆਖੋ ਸਤਨਾਮ। ਫਿਰ ਸਮਝ ਲੈਣਾ ਅਸ਼ਵਮੇਧ ਜੱਗ ਦੀ ਸੰਪੂਰਨਤਾ ਹੋ ਗਈ। ਪਾਂਡਵ ਜਿਹੜੇ ਨੇ ਉਹ ਬੜੇ ਖੁਸ਼ੀ ਖੁਸ਼ੀ ਵਾਲਮੀਕ ਜੀ ਕੋਲ ਗਏ, ਨਮਸਕਾਰ ਕੀਤੀ। ਇੱਥੇ ਆਉਂਦਿਆਂ ਬੜਾ ਕੁਝ ਪਤਾ ਲੱਗਦਾ, ਸੰਗਤ ਵਿੱਚ ਆਉਣ ਲੱਗਿਆਂ ਸਾਧ ਸਿੰਘ ਜੀ ਪਾਤਾਲਾਂ ਪਾਤਾਲ ਲੱਖ ਦੀ ਸੋਝੀ ਆ ਜਾਂਦੀ ਹੈ, ਪਰ ਜੇ ਬੈਠਣ ਦਾ ਚੱਜ ਆ ਜੇ, ਬੈਠਣ ਦੀ ਜੁਗਤ ਆ ਜੇ। ਮਹਾਰਾਜ ਕਹਿੰਦੇ ਲੱਖਾਂ ਪਾਤਾਲਾਂ ਦੀ ਸੋਝੀ, ਲੱਖਾਂ ਬ੍ਰਹਿਮੰਡਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਪਾਂਡਵ ਸਨ ਵਾਲਮੀਕ ਜੀ ਕੋਲ ਗਏ, ਨਮਸਕਾਰ ਕੀਤੀ, ਬਚਨ ਕੀਤੇ, ਮਹਾਰਾਜ ਜੱਗ ਕੀਤਾ, ਸੰਪੂਰਨ ਦੇ ਨੇੜੇ ਹੈ ਅਤੇ ਤੁਸੀਂ ਪ੍ਰਸ਼ਾਦਾ ਛਕ ਲਓ। ਵਾਲਮੀਕ ਜੀ ਨੇ ਬਚਨ ਕੀਤੇ, ਭਾਈ ਮੈਂ ਕਿਸੇ ਦੇ ਘਰ ਇੱਦਾਂ ਪ੍ਰਸ਼ਾਦਾ ਨਹੀਂ ਛਕਦਾ। ਤੁਸੀਂ ਇੱਕ ਜੱਗ ਦਾ ਤੁਸੀਂ ਇੱਕ ਜੱਗ ਕਰ ਰਹੇ ਹੋ ਅਸ਼ਵਮੇਧ ਜੱਗ, ਮੈਨੂੰ 100 ਜੱਗਾਂ ਦਾ ਫਲ ਦਿਓ ਤਾਂ ਤੁਹਾਡੇ ਜੱਗ ਵਿੱਚ ਮੈਂ ਜਾ ਕੇ ਪ੍ਰਸ਼ਾਦਾ ਛਕਾਂਗਾ। ਗੱਲ ਨੂੰ ਸਮਝਿਓ, ਵਾਲਮੀਕ ਜੀ ਨੇ ਕਿਹਾ ਤੁਸੀਂ ਇੱਕ ਜੱਗ ਕਰ ਰਹੇ ਹੋ, ਅਸ਼ਵਮੇਧ ਜੱਗ ਬਹੁਤ ਵੱਡਾ ਹੁੰਦਾ, ਪਰ ਤੁਸੀਂ ਮੈਨੂੰ ਪਹਿਲਾਂ 100 ਜੱਗਾਂ ਦਾ ਮਹਾਤਮ ਦਿਓ, 100 ਜੱਗ ਕੀਤੇ ਫਲ ਮਹਾਤਮ ਦਿਓ ਤਾਂ ਮੈਂ ਤੁਹਾਡੇ ਜੱਗ ਵਿੱਚ ਜਾਵਾਂਗਾ। ਹੈਰਾਨ ਹੋ ਗਏ, ਇੰਨੇ ਤਾਂ ਜੱਗ ਅਸੀਂ ਨਹੀਂ ਕੀਤੇ, ਇਹ 100 ਜੱਗਾਂ ਦਾ ਮਹਾਤਮ ਮੰਗਦੇ ਨੇ ਤਾਂ ਪ੍ਰਸ਼ਾਦਾ ਛਕਣਗੇ। ਅੱਜ ਅਸੀਂ ਗ੍ਰੰਥੀ ਸਾਹਿਬਾਨ ਨੂੰ ਲੈ ਜਾਂਦੇ ਹਾਂ, ਬਹੁਤ ਵੱਡਾ ਫਲ ਹੈ ਜੇ ਸੁਚੱਜੇ ਢੰਗ ਨਾਲ ਗੁਰੂ ਕੇ ਪਿਆਰੇ ਨੂੰ ਪ੍ਰਸ਼ਾਦਾ ਛਕਾ ਦੇਈਏ, ਪੂਰਨ ਸਾਧੂ ਨੂੰ ਪ੍ਰਸ਼ਾਦਾ ਛਕਾ ਦੇ। ਜਿਹੜੇ ਸਾਧ ਸਿੰਘ ਜੋ ਪੰਡ ਸਵਰ ਹੈ ਨਾ, ਹੈਰਾਨ ਹੋ ਗਏ ਕਿ ਇਹ ਤਾਂ ਹੋ ਹੀ ਨਹੀਂ ਸਕਦਾ, 100 ਜੱਗ ਤਾਂ ਅਸੀਂ ਨਹੀਂ ਕੀਤੇ, ਮਹਾਤਮ ਕਿੱਥੋਂ ਦੇ ਦਈਏ? ਵਾਪਸ ਆ ਗਏ, ਦਰੋਪਦੀ ਨੂੰ ਜਾ ਕੇ ਦੱਸਿਆ ਕਿ ਵਾਲਮੀਕ ਜੀ ਨੇ ਇਸ ਤਰ੍ਹਾਂ, ਕਹਿੰਦੇ ਗੱਲ ਹੀ ਕੋਈ ਨਹੀਂ, ਮੈਂ ਆਪੇ ਲਿਆਉਂਦੀ ਹਾਂ। ਦੇਖੋ ਤਰੀਕਾ ਜਿਹੜਾ, ਜੁਗਤ ਕਿਹੜੀ ਹੈ? ਹੁਣ ਉਹ ਵੀ ਲੇਡੀਜ ਹੈ, ਉਹ ਵੀ ਜਨਾਨੀ ਹੈ, ਤੁਸੀਂ ਸਾਰੇ ਬੈਠੇ ਹੋ, ਪਰ ਜੁਗਤ ਜਦੋਂ ਵਰਤਾਂਗੇ ਤਾਂ ਵੱਡੇ ਤੋਂ ਵੱਡਾ ਕਾਰਜ ਜਿਹੜਾ ਸਾਡਾ ਸੰਪੂਰਨ ਹੋ ਜਾਏਗਾ। ਦਰੋਪਦੀ ਕਹਿੰਦੀ ਗੱਲ ਹੀ ਕੋਈ ਨਹੀਂ, 100 ਜੱਗਾਂ ਦੀ ਗੱਲ, ਮੈਂ 1000 ਜੱਗਾਂ ਦਾ ਫਲ ਦੇ ਦਾਂਗੀ, ਮੈਂ ਜਾਣੀ ਹਾਂ। ਤਰੀਕਾ ਦੇਖੋ, ਸਾਧ ਸੰਗਤ ਜੀ, ਦਰੋਪਦੀ ਗਈ, ਨਮਸਕਾਰ ਕੀਤੀ, ਪੂਰਨ ਮਹਾਤਮਾ ਜੀ ਤੁਹਾਨੂੰ ਨਮਸਕਾਰ ਹੈ, ਅਸੀਂ ਜੱਗ ਆਰੰਭ ਕੀਤਾ, ਜੱਗ ਜਿਹੜਾ ਸਮਾਪਤੀ ਦੇ ਨੇੜੇ ਹੈ, ਅਤੇ ਜੇ ਤੁਸੀਂ ਪ੍ਰਸ਼ਾਦਾ ਛਕ ਲਓ ਤਾਂ ਫਿਰ ਅਸੀਂ ਉਸ ਜੱਗ ਦੀ ਸੰਪੂਰਨਤਾ ਹੋ ਜਾਵੇਗੀ। ਅਤੇ ਸਾਧ ਸੰਗਤ ਜੀ, ਦਰੋਪਦੀ ਨੇ ਬਚਨ ਕੀਤੇ, ਮੈਂ ਸੁਣਿਆ ਕਿ ਜਦੋਂ ਸਾਧੂ ਮਹਾਤਮਾ ਦੀ ਸ਼ਰਨ ਵਿੱਚ ਆਈਏ, ਪੂਰਨ ਸਾਧੂ ਦੀ ਸ਼ਰਨ ਵਿੱਚ ਆਈਏ, ਅਤੇ ਇੱਕ ਇੱਕ ਪੈਰ ਚੱਲਣ ਦਾ, ਇੱਕ ਇੱਕ ਜੱਗ ਦਾ ਮਹਾਤਮ ਪ੍ਰਾਪਤ ਹੁੰਦਾ, ਤੁਸੀਂ ਸੁਣਿਆ ਹੋਵੇ, ਕਿਉਂਕਿ ਸੰਗਤ ਕੀਤੀ ਸੀ। ਪਾਂਡਵ ਕਦੇ ਸੰਗਤ ਨਹੀਂ ਕਰਦੇ ਸਨ, ਦਰੋਪਦੀ ਸਾਧੂ ਮਹਾਤਮਾ ਦੀ ਸੰਗਤ ਕਰਦੀ ਸੀ।
ਉਹਨੂੰ ਪਤਾ ਸੀ ਜੇ ਇੱਕ ਪੂਰਨ ਸਾਧੂ ਕੋਲ ਜਾਈਏ ਤੇ ਇੱਕ ਇੱਕ ਪੈਰ ਚੱਲਣ ਦਾ ਇੱਕ ਇੱਕ ਜੱਗ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਤੇ ਦੂਰੀ ਬੜੀ ਸੀ ਜਿੱਥੋਂ ਮਿਲਣ ਜਾਣਾ ਸੀ ਬੜੀ ਹੱਸ ਪਈ ਦਰੋਪਦੀ ਕਹਿੰਦੀ ਮਹਾਰਾਜ ਕੀ ਕਿਹਾ ਦੁਬਾਰਾ ਬੋਲੋ ਕਹਿੰਦੇ ਜੇ ਮੈਂ ਪ੍ਰਸ਼ਾਦਾ ਛਕਣ ਜਾਵਾਂਗਾ 100 ਜੱਗਾਂ ਦਾ ਮਹਾਤਮ ਚਾਹੀਦਾ ਫਿਰ ਜਾਵਾਂਗਾ ਕਹਿੰਦੀ ਮਹਾਰਾਜ ਠੀਕ ਹੈ ਮੈਂ ਘੱਟੋ ਘੱਟ ਵੀ 1000 ਕਦਮ ਚੱਲ ਕੇ ਆਈ ਹਾਂ ਮੈਂ ਸੁਣਿਆ ਪੂਰਨ ਸਾਧੂ ਦੀ ਸੰਗਤ ਵਿੱਚ ਜਾਈਏ ਅਤੇ ਇੱਕ ਇੱਕ ਕਦਮ ਚੱਲਣ ਦਾ ਇੱਕ ਇੱਕ ਜੱਗ ਦਾ ਮਹਾਤਮ ਮਿਲਦਾ 900 ਮੈਨੂੰ ਮੇਰੇ ਕੋਲ ਰਹਿੰਦੇ ਹੋ 100 ਤੁਸੀਂ ਲੈ ਲਓ ਪ੍ਰਸ਼ਾਦਾ ਛਕਣ ਚੱਲੋ ਆਖੋ ਸਤਨਾਮ ਜੁਗਤ ਆ ਗਈ ਇਹ ਜੁਗਤ ਮਿਲਦੀ ਕਿੱਥੋਂ ਹੈ ਸੰਗਤ ਵਿੱਚੋਂ ਗੁਰੂ ਕੋਲੋਂ ਗਿਆਨ ਪ੍ਰਾਪਤ ਹੁੰਦਾ ਦੁਨੀਆਂ ਦੇ ਜਿਹੜੇ ਇਹ ਅੱਜ ਦਾ ਸਮਾਂ ਥੋੜ੍ਹਾ ਚੇਂਜਿੰਗ ਆ ਗਿਆ ਪਿਛਲੇ ਸਮਿਆਂ ਵਿੱਚ ਜਾਓ ਦੁਆਪਰ ਤ੍ਰੇਤੇ ਵਿੱਚ ਜੇ 10 ਸਾਲ ਉਹ ਦੁਨਿਆਵੀ ਵਿੱਦਿਆ ਪੜ੍ਹਦਾ ਸੀ ਅਤੇ 10 ਸਾਲ ਫਿਰ ਉਹ ਧਰਮ ਦੀ ਵਿੱਦਿਆ ਪੜ੍ਹਦਾ ਸੀ ਅੱਜ ਉਹ ਸਮਾਂ ਨਹੀਂ ਹੈ ਹੁਣ ਥੋੜ੍ਹੇ ਸਮਾਂ 50 ਸਾਲ ਵੀ ਪਿੱਛੇ ਜਾਓ ਤਾਂ ਵੀ ਥੋੜ੍ਹਾ ਫਰਕ ਸੀ ਕਿ ਜੇ ਦੁਨਿਆਵੀ ਵਿੱਦਿਆ ਪੜ੍ਹਨੀ ਹੈ ਅਤੇ ਨਾਲ ਨਾਲ ਧਰਮ ਦੀ ਵਿੱਦਿਆ ਵੀ ਪੜ੍ਹਨੀ ਹੈ ਪਰ ਅੱਜ ਕੱਲ੍ਹ ਧਰਮ ਦੀ ਵਿੱਦਿਆ ਕੋਈ ਨਹੀਂ ਪੜ੍ਹਦਾ ਕੇਵਲ ਦੁਨਿਆਵੀ ਵਿੱਦਿਆ ਪੜ੍ਹੀ ਜਾਂਦੀ ਹੈ ਤਾਂ ਕਰਕੇ ਅਵਸਥਾ ਉੱਚੀ ਨਹੀਂ ਹੁੰਦੀ ਦ੍ਰੋਪਦੀ ਕਹਿੰਦੀ ਮਹਾਰਾਜ 100 ਕਦਮਾਂ ਦਾ ਫਲ ਤੁਸੀਂ ਲੈ ਲਿਓ ਬੜੇ ਬੱਚੇ ਨੇ 900 ਬੱਚੇ ਨੇ ਮੈਨੂੰ ਮੇਰੇ ਵਾਪਸ ਰਹਿਣ ਦਿਓ ਚਲੋ ਪ੍ਰਸ਼ਾਦਾ ਛਕਣ ਚਲੋ ਸਾਧੂ ਮਹਾਤਮਾ ਨੂੰ ਪਤਾ ਲੱਗਿਆ ਜਾਣ ਦੀ ਬੜਾ ਕੁਛ ਹੈ ਮਨਾ ਨਹੀਂ ਕਰ ਸਕਦੇ ਕਹਿੰਦੇ ਚਲੋ ਪਰ ਉਸ ਤੋਂ ਅੱਗੇ ਜਾਣ ਦੀ ਨਹੀਂ ਸੀ ਇੱਥੋਂ ਤੱਕ ਸੰਗਤ ਕੀਤੀ ਹੋਈ ਸੀ ਇੱਥੋਂ ਤੱਕ ਅਵਸਥਾ ਸੀ ਅੱਗੇ ਕੋਈ ਨਹੀਂ ਪਤਾ ਗੱਲ ਨੂੰ ਸਮਝਿਓ ਮਹਾਤਮਾ ਦੀ ਚਲੇ ਗਏ ਪ੍ਰਸ਼ਾਦੇ ਬੜੇ ਤਰੀਕਿਆਂ ਦੇ ਤਿਆਰ ਕੀਤੇ 36 ਪਦਾਰਥ ਤਿਆਰ ਕੀਤੇ ਗਏ ਕਿਉਂਕਿ ਆਮ ਕੋਈ ਸਾਧੂ ਨਹੀਂ ਸੀ ਆਪ ਵੀ ਬੜੇ ਵੱਡੇ ਘਰਾਣੇ ਤੋਂ ਸੀ ਦ੍ਰੋਪਦੀ ਪਾਂਡਵ ਬਹੁਤ ਵੱਡੇ ਰਾਜ ਘਰਾਣੇ ਸੋ ਸਨ ਬਹੁਤ ਵੱਡਾ ਪ੍ਰਸ਼ਾਦਾ ਜਿਹੜਾ ਭਾਵ ਬੜੇ ਤਰੀਕਿਆਂ ਦਾ ਤਿਆਰ ਕੀਤਾ ਗਿਆ ਅਤੇ ਵੱਖੋ ਵੱਖਰੀ ਕੋਲੀਆਂ ਵਿੱਚ ਪਾ ਕੇ ਵੱਡੇ ਥਾਲ ਸਜਾਏ ਗਏ ਮਹਾਤਮਾ ਦੇ ਅੱਗੇ ਰੱਖ ਦਿੱਤੇ ਪਰ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਨੇ ਨਾ ਉਹ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਭੋਗ ਲਵਾਉਂਦੇ ਨੇ ਸਾਡੇ ਘਰਾਂ ਵਿੱਚ ਚਿੰਤਾ ਕਿਉਂ ਵੱਧ ਗਈ ਰੋਗ ਕਿਉਂ ਵੱਧ ਗਏ ਪਰਿਵਾਰ ਵਿੱਚ ਏਕਤਾ ਕਿਉਂ ਨਹੀਂ ਰਹੀ ਮੈਨੂੰ ਯਾਦ ਹੈ ਕਿ ਜਦੋਂ ਸਾਡੇ ਦਾਦੀ ਜੀ ਅਸੀਂ ਬਹੁਤ ਛੋਟੇ ਹੁੰਦੇ ਸਨ ਜਿਹੜਾ ਪ੍ਰਸ਼ਾਦਾ ਬਣਨਾ ਉਹਨੂੰ ਪਹਿਲਾਂ ਭੋਗ ਲੱਗਣਾ ਜਿਹੜਾ ਵੀ ਪ੍ਰਸ਼ਾਦਾ ਤਿਆਰ ਹੋਣਾ ਪਹਿਲਾਂ ਦਾਦੀ ਨੇ ਭੋਗ ਲਾਉਣਾ ਉਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਦੇਣਾ ਭੋਗ ਲਾ ਕੇ ਫਿਰ ਪ੍ਰਸ਼ਾਦਾ ਵਰਤਾਉਣਾ ਅੱਜ ਹੈ ਕੋਈ ਘਰ ਐਸਾ ਮੈਨੂੰ ਨਹੀਂ ਲੱਗਦਾ ਕੋਈ 1000 ਵਿੱਚੋਂ ਇੱਕ ਹੋਏਗਾ ਉਹ ਵੀ ਨਹੀਂ ਹੋਣਾ ਲੱਖਾਂ ਵਿੱਚੋਂ ਹੋਏਗਾ ਹੈ ਪਰਿਵਾਰ ਬੜੇ ਗੁਰਸਿੱਖ ਪਰਿਵਾਰ ਹੈ ਨੇ ਪਰ ਉਹਨਾਂ ਦੀ ਗੱਲ ਠੀਕ ਹੈ ਲੱਖਾਂ ਵਿੱਚੋਂ ਹੋਏਗਾ ਕੋਈ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਕਰਾਂ 30 ਸਾਲ ਪਹਿਲਾਂ ਦੀ ਗੱਲ ਕਰਾਂ ਉਸ ਤੋਂ ਪਹਿਲਾਂ ਦੀ ਹੋਰ ਗੱਲ ਕਰੀਏ ਦਾਦੀ ਜੀ ਦੱਸਦੇ ਸੀ ਕਿ ਜਦੋਂ ਸਵੇਰੇ ਅਸੀਂ ਕੜਾ ਪ੍ਰਸ਼ਾਦ ਬਣਾਉਣਾ ਹੀ ਬਣਾਉਣਾ ਇਹ ਡੇਲੀ ਦਾ ਨਿਯਮ ਸੀ ਕੜਾ ਪ੍ਰਸ਼ਾਦ ਬਣਾਉਣਾ ਭੋਗ ਲਵਾਉਣਾ ਉਸ ਤੋਂ ਬਾਅਦ ਕੋਈ ਹੋਰ ਚੁੱਲ੍ਹੇ 'ਤੇ ਦੂਜੀ ਚੀਜ਼ ਰੱਖਣੀ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਤਿਆਰ ਕਰਨਾ ਉਹ ਵਰਤਾਉਣਾ ਘਰ ਵਿੱਚ ਉਸ ਤੋਂ ਬਾਅਦ ਜੋ ਵੀ ਪ੍ਰਸ਼ਾਦਾ ਚਾਹ ਦੁੱਧ ਤਿਆਰ ਹੋਣੀ ਉਹ ਕਰਨਾ ਅਤੇ ਫਿਰ ਬਰਕਤ ਆਪੇ ਹੀ ਰਹਿੰਦੀ ਹੈ ਅੱਜ ਉਹ ਸਮਾਂ ਨਹੀਂ ਅੱਜ ਤਾਂ ਸਭ ਤੋਂ ਪਹਿਲਾਂ ਬੜਾ ਕੁਝ ਕਰਦਿਆਂ ਸਾਧ ਸਿੰਘ ਜੀ ਸਭ ਕੁਝ ਤਿਆਰ ਹੋ ਜਾਂਦਾ ਕਹਿੰਦੇ ਨੇ ਪ੍ਰਸ਼ਾਦਾ ਤਿਆਰ ਕੀਤਾ ਗਿਆ ਮਹਾਤਮਾ ਦੇ ਅੱਗੇ ਰੱਖੇ ਗਿਆ ਮਹਾਤਮਾ ਵਿਚਾਰ ਕਰਨ ਲੱਗ ਪਿਆ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਪ੍ਰਸ਼ਾਦਾ ਬੜਾ ਤਿਆਰ ਹੈ ਪਰ ਤੂੰ ਕਿਹੜਾ ਛਕਣਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਗੱਲ ਨੂੰ ਸਮਝਿਓ ਪਹਿਲੀ ਗੱਲ ਸਮਝ ਆ ਗਈ ਨਾ ਕਿ ਸੰਗਤ ਦਾ ਮਹਾਤਮ ਕੀ ਹੈ ਅੱਜ ਨਹੀਂ ਪਤਾ ਲੱਗੇਗਾ ਆਉਣ ਵਾਲੇ ਸਮੇਂ ਵਿੱਚ ਇਸ ਸੰਗਤ ਕੀਤੀ ਦਾ ਮਹਾਤਮ ਜਿਹੜਾ ਹੈ ਨਾ ਉਹ ਸਾਡੀ ਜ਼ਿੰਦਗੀ ਵਿੱਚ ਆ ਹੀ ਜਾਂਦਾ ਹੈ ਬੰਦਾ ਕਮਾਈ ਅੱਜ ਕਰਦਾ ਬਾਅਦ ਦੇ ਵਿੱਚ ਉਹਦਾ ਫਲ ਪ੍ਰਾਪਤ ਹੁੰਦਾ ਹੁਣ ਸਾਧੂ ਮਹਾਤਮਾ ਨੇ ਮਨ ਵਿੱਚ ਵਿਚਾਰ ਕੀਤੀ ਭੋਗ ਲਵਾਉਣਾ ਬੜਾ ਜ਼ਰੂਰੀ ਹੈ ਪ੍ਰਸ਼ਾਦੇ ਬੜੇ ਨੇ ਅਤੇ ਪਰਮੇਸ਼ਰ ਦੇ ਭੋਗ ਲਵਾਉਣ ਤੋਂ ਬਿਨਾਂ ਮੈਂ ਛਕਣਾ ਹੁਣ ਸਾਧ ਸੰਗਤ ਜੀ ਮਹਾਤਮਾ ਨੇ ਕੀ ਕੀਤਾ ਇੱਕ ਵੱਡੇ ਕੋਲੀ ਮੰਗਾਈ ਸਾਰਾ ਪ੍ਰਸ਼ਾਦਾ ਉਹਦੇ ਵਿੱਚ ਇਕੱਠਾ ਕਰ ਲਿਆ ਖੀਰ ਵੀ ਵਿੱਚੇ ਹੀ ਸਬਜ਼ੀ ਵੀ ਵਿੱਚੇ ਹੀ ਦਾਲ ਵੀ ਵਿੱਚੇ ਹੀ ਸਾਰਾ ਕੁਝ ਵਿੱਚੇ ਹੀ ਕਰ ਲਿਆ ਪ੍ਰਸ਼ਾਦਾ ਵਿੱਚੇ ਹੀ ਕਰਕੇ ਛਕ ਲਿਆ ਪਰ ਉਸ ਸਮੇਂ ਦ੍ਰੋਪਦੀ ਦੇ ਮਨ ਵਿੱਚ ਘਿਰਨਾ ਆ ਗਈ ਇੱਥੋਂ ਤੱਕ ਪਦਵੀ ਪ੍ਰਾਪਤ ਸੀ ਦ੍ਰੋਪਦੀ ਨੂੰ ਇੱਥੋਂ ਅੱਗੇ ਨਹੀਂ ਸੀ ਮਨ ਵਿੱਚ ਘਿਰਨਾ ਕੀ ਆ ਗਈ ਕਿ ਜਿਹੜਾ ਪ੍ਰਸ਼ਾਦਾ ਛਕਣਾ ਰਾਜੇ ਮਹਾਰਾਜੇ ਹੀ ਜਾਣਦੇ ਇਹ ਨਹੀਂ ਜਾਣਦੇ ਕਿਉਂਕਿ ਇਕੱਲੇ ਇਕੱਲੇ ਦਾ ਸਵਾਦ ਲੈਣਾ ਦ੍ਰੋਪਦੀ ਕਹਿੰਦੀ ਇਹ ਕਿੱਦਾਂ ਦਾ ਸਾਧੂ ਹੈ ਇਹ ਸਾਧੂ ਜਿਹੜੇ ਨੇ
ਇਹ ਕੇਵਲ ਭਗਤੀ ਕਰਨੀ ਜਾਣਦੇ ਨੇ, ਇਹਨਾਂ ਨੂੰ ਖਾਣ ਦਾ ਪਤਾ ਨਹੀਂ ਕਿਵੇਂ ਖਾਈਦਾ, ਕਿਉਂਕਿ ਖੀਰ ਦਾ ਰਸ ਵੱਖਰਾ ਲੈਣਾ ਸੀ, ਸਬਜ਼ੀਆਂ ਦਾ ਵੱਖਰਾ ਲੈਣਾ ਸੀ, ਦਾਲ ਦਾ ਵੱਖਰਾ ਲੈਣਾ, ਇਹਨਾਂ ਨੇ ਤਾਂ ਇਕੱਠਾ ਹੀ ਕਰ ਲਿਆ ਅਤੇ ਇਕੱਠਾ ਕਰਕੇ ਭੋਗ ਲਵਾ ਕੇ ਛਕ ਲਿਆ। ਮਨ ਵਿੱਚ ਘਿਰਨਾ ਰਹਿ ਗਈ ਕਿ ਸਾਧੂ ਜਿਹੜੇ ਨੇ ਕੇਵਲ ਭਗਤੀ ਕਰ ਸਕਦੇ ਨੇ, ਦੁਨੀਆਂ ਦਾ ਰਸ ਕਸ ਦਾ ਆਨੰਦ ਨਹੀਂ ਮਾਣ ਸਕਦੇ। ਇਹ ਰਸ ਕਸ ਤੇ ਰਾਜੇ ਮਹਾਰਾਜੇ ਸਾਡੇ ਵਰਗੇ ਹੀ ਮਾਣ ਸਕਦੇ। ਮਨ ਵਿੱਚ ਘਿਰਨਾ ਆ ਗਈ, ਸਾਧੂ ਮਹਾਤਮਾ ਨੇ ਪ੍ਰਸ਼ਾਦਾ ਛਕੇ ਘਰ ਚਲੇ ਗਏ, ਘੜਿਆਲ ਫਿਰ ਨਾ ਵੱਜਾ। ਹੈਰਾਨ ਹੋ ਗਏ ਸਾਰੇ ਕਿ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਘੜਿਆਲ ਵੱਜੇਗਾ, ਘੜਿਆਲ ਕਿਉਂ ਨਹੀਂ ਵੱਜਿਆ। ਹੈਰਾਨਗੀ ਦੀ ਗੱਲ ਹੋਈ, ਬੜੀ ਚਿੰਤਾ ਵਿੱਚ ਆ ਗਏ, ਵਾਪਸ ਭਗਵਾਨ ਕ੍ਰਿਸ਼ਨ ਕੋਲ ਚਲੇ ਗਏ। ਬੇਨਤੀ ਕਰਦੇ ਨੇ, ਭਗਵਾਨ ਜੀ ਤੁਸੀਂ ਕਿਹਾ ਸੀ ਪੂਰਨ ਸਾਧੂ ਬਾਲਮੀਕ ਜੀ ਨੂੰ ਪ੍ਰਸ਼ਾਦਾ ਛਕਾਓ, ਛਕਾਇਆ ਪਰ ਘੜਿਆਲ ਨਹੀਂ ਵੱਜਿਆ। ਕਹਿੰਦੇ ਕਿਸੇ ਦੇ ਮਨ ਵਿੱਚ ਖੋਟ ਹੈ, ਕਿਸੇ ਨੇ ਸਾਧੂ ਮਹਾਤਮਾ ਦੇ ਕਰਕੇ ਆਪਣੇ ਮਨ ਵਿੱਚ ਘਿਰਨਾ ਕੀਤੀ ਹੈ, ਭਰਮ ਪੈਦਾ ਕੀਤਾ ਹੈ। ਦੱਸੋ ਕਿਹਨੇ ਕੀਤਾ? ਭਗਵਾਨ ਕ੍ਰਿਸ਼ਨ ਨੂੰ ਪਤਾ ਸੀ, ਦ੍ਰੋਪਦੀ ਨੇ ਹੱਥ ਖੜਾ ਕਰ ਲਿਆ, ਮਹਾਰਾਜ ਮੇਰੇ ਮਨ ਵਿੱਚ ਇੱਕ ਗੱਲ ਆਈ ਹੈ। ਕਹਿੰਦੇ ਦੱਸੋ। ਕਹਿੰਦੇ ਗੱਲ ਇਹ ਹੈ ਮਹਾਰਾਜ, ਪ੍ਰਸ਼ਾਦਾ ਬੜੇ ਪਿਆਰ ਨਾਲ ਤਿਆਰ ਕੀਤਾ, ਸਬਜ਼ੀਆਂ ਵੱਖੋ ਵੱਖਰੀਆਂ ਬਣਵਾਈਆਂ, ਮਿੱਠੇ ਮਿਸ਼ਟਾਨ ਪ੍ਰਸ਼ਾਦ ਬਣਵਾਏ, ਪਰ ਆਏ ਤਾਂ ਉਹ ਸਾਰਾ ਇਕੱਠਾ ਕਰ ਲਏ ਇੱਕੋ ਥਾਲ ਵਿੱਚ, ਅਤੇ ਕੀ ਉਹਦਾ ਪਤਾ ਲੱਗੇਗਾ ਕਿਹੜੇ ਵਿੱਚ ਕੀ ਸਵਾਦ ਸੀ, ਕਿਹੜੇ ਵਿੱਚ ਕੀ ਸਵਾਦ ਸੀ। ਅਤੇ ਇਹ ਮੇਰੇ ਮਨ ਵਿੱਚ ਘਿਰਨਾ ਆ ਗਈ ਕਿ ਪ੍ਰਸ਼ਾਦਾ ਛਕਣਾ ਇਹ ਸਾਧੂ ਮਹਾਤਮਾ ਨਹੀਂ ਜਾਣਦੇ, ਇਹ ਸਾਡੇ ਵਰਗੇ ਰਾਜੇ ਮਹਾਰਾਜੇ ਹੀ ਸਵਾਦ ਲੈ ਸਕਦੇ ਨੇ। ਕਹਿੰਦੇ ਹੁਣ ਕੁਝ ਨਹੀਂ ਹੋ ਸਕਦਾ, ਵਾਪਸ ਜਾਓ ਬਾਲਮੀਕ ਜੀ ਕੋਲੋਂ, ਮਾਫ਼ੀ ਮੰਗੋ, ਤਾਂ ਜਾ ਕਰਕੇ ਜੱਗ ਦੀ ਸਫਲਤਾ ਹੋਵੇਗੀ। ਵਾਪਸ ਚਲੇ ਗਏ। ਜਦੋਂ ਵਾਪਸ ਗਏ ਤਾਂ ਸਾਧ ਸੰਗਤ ਜੀ ਬਾਲਮੀਕ ਜੀ ਬੈਠੇ ਸਨ, ਬੇਨਤੀ ਕੀਤੀ, ਮਹਾਂਪੁਰਸ਼ੋ ਬਹੁਤ ਵੱਡੀ ਗਲਤੀ ਹੋ ਗਈ, ਪਰ ਮਨ ਵਿੱਚ ਅਜੇ ਵੀ ਸਾਡੇ ਭਰਮ ਹੈ। ਕਹਿੰਦੇ ਜਿਹੜਾ ਤੁਸੀਂ ਪ੍ਰਸ਼ਾਦਾ ਇਕੱਠਾ ਕੀਤਾ ਉਹਦਾ ਮਤਲਬ ਕੀ ਸੀ? ਮਹਾਤਮਾ ਜੀ ਕਹਿੰਦੇ ਉਹਦਾ ਮਤਲਬ ਇਹ ਕਿ ਜਿਸ ਪਿਆਰੇ ਨੇ ਉਹ ਪ੍ਰਸ਼ਾਦਾ ਦਿੱਤਾ, ਉਹ ਤੁਸੀਂ ਮੇਰੇ ਅੱਗੇ ਤਿਆਰ ਕਰਕੇ ਰੱਖਿਆ, ਤਾਂ ਮੈਂ ਉਹਦੇ ਅੱਗੇ ਅਰਦਾਸ ਕੀਤੀ, ਇਹ ਪਾਰ ਬ੍ਰਹਮ ਪਰਮੇਸ਼ਰ ਪ੍ਰਸ਼ਾਦਾ ਤਿਆਰ ਹੈ, ਤੂੰ ਕਿਹੜਾ ਛਕੇਗਾ ਇਹ ਮੈਨੂੰ ਪਤਾ ਨਹੀਂ, ਮਿੱਠਾ ਛਕਣਾ ਕਿ ਲੂਣ ਵਾਲਾ ਛਕਣਾ ਕਿ ਕਿਹੜਾ ਛਕੇਗਾ, ਇਸ ਕਰਕੇ ਮੈਂ ਇਕੱਠੇ ਹੀ ਕਰ ਲਏ, ਜਿਹੜਾ ਪਸੰਦ ਹੋਵੇਗਾ ਆਪੇ ਹੀ ਉਹਦੇ ਵਿੱਚੋਂ ਰਸ ਮਾਣ ਲਏਗਾ, ਇਸ ਕਰਕੇ ਮੈਂ ਉਹ ਪ੍ਰਸ਼ਾਦਾ ਇਕੱਠਾ ਕੀਤਾ ਸੀ। ਬਾਲਮੀਕ ਜੀ ਨੇ ਚਰਨ ਫੜ ਲਏ, ਬੇਨਤੀਆਂ ਕੀਤੀਆਂ, ਅਸੀਂ ਬੱਚੇ ਹਾਂ, ਭੁੱਲਣ ਹਾਰ ਹਾਂ, ਕਿਰਪਾ ਕਰਕੇ ਬਖਸ਼ ਦਿਓ। ਬਾਲਮੀਕ ਜੀ ਨੇ ਬਖਸ਼ਿਸ਼ ਕਰ ਦਿੱਤੀ, ਘੜਿਆਲ ਵੱਜ ਪਏ, ਜੱਗ ਦੀ ਸਮਾਪਤੀ ਹੋਈ। ਹੁਣ ਗੱਲ ਨੂੰ ਸਮਝਿਓ, ਅਸੀਂ ਉਹ ਹਿੰਦੂਆਂ ਦਾ ਧਰਮ ਹੈ, ਸਨਾਤਨ ਧਰਮ ਹੈ, ਮਰ ਅਸ ਭਗਤ ਨਾਮਦੇਵ ਜੀ ਕਹਿੰਦੇ ਅਸਮੇਦ ਜੱਗ ਨੇ, ਹੁਣ ਤਿੰਨ ਗੱਲਾਂ ਨੇ ਬੜੀਆਂ ਕੀਮਤੀਆਂ। ਗੁਰੂ ਨਾਨਕ ਤੋਂ ਬਾਹਰ ਨੇ ਜਾਓਗੇ, ਵਲਹਾਰ ਨੇ ਜਾਓਗੇ, ਜੇ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਓ, ਮਹਾਰਾਜ ਕਹਿੰਦੇ ਅਸਮੇਦ ਜੱਗ ਨੇ, ਰਾਗ ਗੋਣ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਦੇ ਪੜ੍ਹਿਓ ਘਰ ਜਾ ਕੇ, ਆ ਫੋਨ 'ਤੇ ਸਾਰੇ ਜਾਣਦੇ ਹੋ, ਕੱਢਣਾ ਅਸਮੇਦ ਜੱਗ ਨੇ। ਅਗਲਾ ਬਚਨ ਹੈ ਤੁਲਾ ਪੁਰਖ ਦਾਨੇ, ਪਿਛਲੇ ਸਮਿਆਂ ਵਿੱਚ ਇਹ ਦੂਜਾ ਉਦਾਹਰਣ ਹੈ, ਪਹਿਲਾ ਉਦਾਹਰਣ ਹੈ ਅਸਮੇਦ ਜੱਗ ਨੇ ਦਾ, ਅੱਜ ਦੇ ਸਮੇਂ ਵਿੱਚ ਬੰਦਾ ਕਰ ਨਹੀਂ ਸਕਦਾ, ਬਹੁਤ ਜ਼ਿਆਦਾ ਮਾਇਆ ਚਾਹੀਦੀ ਹੈ, ਅਤੇ ਜੇ ਮਾਇਆ ਵੀ ਹੋਏ ਤਾਂ ਵੀ ਅੱਜ ਕੱਲ੍ਹ ਦਾ ਪੂਰਨ ਸਾਧੂ ਨਹੀਂ ਮਿਲਦਾ। ਅਤੇ ਮਹਾਰਾਜ ਨੇ ਕਿੱਡਾ ਕੁ ਸੁਖਾਲਾ ਸਾਨੂੰ ਇਹ ਮਹਾਰਾਜ ਨੇ ਦਾਤ ਬਖਸ਼ੀ। ਕਹਿੰਦੇ ਨੇ ਦੂਜਾ ਉਦਾਹਰਣ ਭਗਤ ਨਾਮਦੇਵ ਜੀ ਦਿੰਦੇ ਨੇ ਕਿ ਤੁਲਾ ਪੁਰਖ ਦਾਨੇ, ਕਹਿੰਦੇ ਪਿਛਲੇ ਸਮਿਆਂ ਵਿੱਚ ਲੋਕ ਦਾਨ ਬੜਾ ਕਰਦੇ ਸੀ, ਤੁਲਾ ਪੁਰਖ ਦਾਨੇ ਆਪਣੇ ਸਰੀਰ ਜਿੰਨਾ ਸੋਨਾ ਤੋਲ ਲੈਣਾ, ਤੁਲਾ ਪੁਰਖ ਦਾਨੇ ਉਹਦਾ ਭਾਵ ਹੈ ਕਿ ਜਿੰਨਾ ਕੁ ਸਰੀਰ ਦਾ ਵੇਟ ਹੈ, ਜਿਵੇਂ 60 ਕੇਜੀ ਵੇਟ ਹੈ, 60 ਕਿਲੋ ਸੋਨਾ ਉਹ ਆਪਣੇ ਸਰੀਰ ਨੂੰ ਤੋਲ ਕਰਕੇ 60 ਕਿਲੋ ਫਿਰ ਦਾਨ ਕਰ ਦੇਣਾ ਗਰੀਬਾਂ ਵਿੱਚ। ਮਹਾਰਾਜ ਕਹਿੰਦੇ ਦੋ ਉਦਾਹਰਣ ਹੋ ਗਏ, ਇੱਕ ਤਾਂ ਹੋ ਗਿਆ ਜੱਗ ਕਰਨਾ, ਦੂਜਾ ਆਪਣੇ ਜਿੰਨਾ ਸੋਨਾ ਦਾਨ ਕਰਨਾ, ਤੀਜਾ ਬਚਨ ਹੈ ਪ੍ਰਾਗ ਇਸ਼ਨਾਨੇ, ਪ੍ਰਾਗ ਦੀ ਧਰਤੀ ਹੈ, ਉੱਥੇ ਜਾ ਕੇ ਕੋਈ ਇਸ਼ਨਾਨ ਕਰ ਰਹੇ ਤਾਂ ਬਹੁਤ ਵੱਡਾ ਮਹਾਤਮ ਹੈ, ਪਰ ਅਗਲਾ ਜਿਹੜਾ ਬਚਨ ਹੈ ਉਸ ਤੋਂ ਵਾਰ ਨੇ ਜਾਈਏ, ਆ ਉਸ ਤੋਂ ਪਹਿਲਾਂ ਫਿਰ ਪੰਗਤੀਆਂ ਪੜ੍ਹ ਲਈਏ, ਗੁਰੂ ਨਾਨਕ ਸਾਹਿਬ ਤੋਂ ਵਾਰ ਨੇ ਜਾਈਏ, ਐਸੇ ਗੁਰੂ ਕੋ ਬਲ ਬਲ 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 ਜਾਈਏ,
ऐसे गुरु को बल बल जाइए, ऐसे गुरु को बल बल जाइए, ऐसे गुरु को बल बल जाइए। आप मुकत मोहे तारे, आप मुकत मोहे तारे, आप मुकत मोहे तारे, आप मुकत मोहे तारे। भगत नामदेव जी कहते ने प्राग इशनाने, प्राग जेड़ी धरती है उत्थे जा करके कोई इशनान करे तो बड़ा फल प्राप्त होंदा है। पर हुण अगला बचन बड़ा कीमती है। गुरु ग्रंथ साहिब दी बाणी विच लिखिया, असमेध जग करने बहुत औखे ने, अपने जिन्ना सोना दान कोई दे सकदा है। अजकल बंदे कोल एक तोला बनाना होए तो बड़ा मुश्किल बनता है, तुसीं देखदे हो किन्नी कीमतां ने। पर गुरु नानक साहब ने की विचार कीती होवेगी कि समा बड़ा अगला जिहड़ा है वह इस तरह का किवें लोग भगती करनगे, किवें परमेश्वर नूं पा सकणगे, किड्डा सुखाला तरीका गुरु नानक साहब ने बख्शिया। मैं तो विचार करदा महाराज तेरे तो बलिहार कोई जावे पर पूरा नहीं जा सकता, तेरे गुण इस तरह दे। महाराज भगत नामदेव जी कहिंदे अगला बचन फिर सुनियो, असमेध जगने पहला बचन, दूजा तुला पुरख दाने पराग इशनाने, तीन गल्लां अगला बचन है। तौ न पूजे हर कीरत नम, महाराज कहिंदे तिन्ने गल्लां अज हो नहीं सकदी, तुहानूं पता है ना असमेध जग करना हो नहीं सकता, बहुत औखा, राजे महाराजे कोई करा सकदे ने, यह तिने गल्लां साडे कोल नहीं हो सकदियां। पर मारे कहिंदे पर जे तिने गल्लां कोई कर भी लवे, पहले गल तां होणगियां नहीं, आम बंदा तो कर ही नहीं सकता। पर गुरु नानक साहब कहिंदे जे बंदा करा भी लए तो अगला बचन है तौ न पूजे हर कीरत नामा, कहिंदे ने ये जिहड़ी तुसी भगती करदे हो परमेश्वर की किरत संगत विच करदे हो इहदे बराबर ये तुल भी नहीं है। आखो सतनाम, किड्डी वडियाई है संगत विच। तौ ना पूजे कहिंदे तौ ना पूजे कहिंदे ए तां वी उसकी बराबरी नहीं कर सकते हर कीरत नामा। नामा मतलब भगत नामदेव जी कहिंदे ने कि उस परमेश्वर की कीरति दे बराबर होर कुछ लग नहीं सकता। जिथे तुसी बैठे हो एदी महिमा बयान कीती है, किड्डी कुची महिमा है। पर कदों जदों असी मन करके जुड़ जावांगे, जिवें मैं बेनती की थी भाई गोपाला 20 मिनट तक जपजी साहब पढ़ता रहा, एक भी सेकेंड विच बार नहीं निकलिया। असी तो एक मिनट लई रुक जाइए उ बड़ा साडे लई, ते पर जतन है। ये ना कहो कि सानू अज 12-13 दिन हो गए जुड़े नहीं, जिन्ना भी जुड़े हो पता नहीं किस दिन गुरु नानक कृपा कर दे अवस्था बन जाए, इतों अवस्था शुरू होएगी फिर घर विच भी बैठे होगे उत्थे भी जुड़ जाओगे। जिवें बच्चा स्कूले पढ़ता तो कई बार तुसी देखोगे बच्चा स्कूले पढ़ता तो कई बच्चे ऐसे ने घर आके भी आपे ही पढ़ी जांदे, तो फिर महाराज कृपा करदे ने एक बारी लिव जुड़ी तो फिर महाराज कहिंदे जिथे भी वह रहेगा वह जुड़िया ही रहेगा। आखो सतनाम श्री वाहेगुरु। आओ अगली पौड़ी राही जिवें महाराज कृपा करदे हन, अमुल गुण अमुल व्यापार। हजूर कहिंदे उस परमेश्वर दे गुण अमुल ने, गिने नहीं जा सकते, अमुल उहदे व्यापार ने। अमुल व्यापार ये अमुल भंडार, बड़े उहदे व्यापार करन वाले ने जेडे उहदे नाम का व्यापार करते ने। पर उहदा नाम का व्यापार सारा व्यापार करना बहुत औखा है, बहुत उहदे अमुल भंडार हन। अमुल आमे अमुल लै जाहे, अमुल जेडे ने बहुत जीव संसार ते आउंदे ने नाम लैण वास्ते। गल नूं समझो, हुण महाराज ने फिर समझा रहे ने, अमुल आवे अमुल लै जाहे, अमुल पाए अमुला समाहे, अमुल धर्म अमुल दीवान। ये सारा महाराज ने इत्थे वख्यान कीता है कि संसार ते लोक आउंदे ने कुछ नाम खटन लई आउंदे ने ते कुछ इत्थे नाम नूं जपन करके फिर लाहा लेके जांदे ने। बचन तुसी सुनिया गुरु ग्रंथ साहिब विच कि गुरमुख जन्म सवार दरगह चलिया, वह जिहड़े ने गुरमुख ने वह इस नाम नूं संभालदे ने, अमुल धर्म अमुल दीवान, वह भाव गुणा दे खजाने परमेश्वर नूं जपदे हन। अमुल तुल अमुल परवान, उहदियां जड़ियां ने साध संग जी तुल परवान, उहदे खजाने बहुत वड्डे ने गिने नहीं जा सकदे। अमुल बख्शीश अमुल निशान, उहदियां बख्शीशां मुल भाव गिणन तों परे ने, बख्शीशां जड़ियां ने। अगला बचन निशान,
ਉਹਦੀ ਜਿਹੜੀ ਨਿਸ਼ਾਨੀ ਹੈ, ਨਾਮ ਦੀ ਦਾਤ ਹੈ, ਉਹ ਵੀ ਪਰੇ ਤੋਂ ਪਰੇ ਹੈ। ਅਮੁੱਲ ਕਰਮ ਅਮੁੱਲ ਪ੍ਰਮਾਣ, ਅਮੁੱਲ ਉਹ ਕਰਮ ਜਿਹੜਾ ਪਰਮੇਸ਼ਰ ਲਿਖਦਾ ਹੈ, ਤੇ ਇਹ ਜੀਵ ਫਿਰ ਉਸ ਕਰਮਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਂਦਾ। ਮੈਂ ਸਾਰੀ ਵਿਚਾਰ ਨਾਲ ਨਾਲ ਰੱਖ ਰਿਹਾ ਤਾਂ ਕਿ ਸਮਝ ਵਿੱਚ ਆ ਜਾਵੇ। ਹਜ਼ੂਰ ਕਹਿੰਦੇ ਨੇ ਆਖ ਆਖ ਰਹੇ ਲਿਵ ਲਾਏ, ਮਹਾਰਾਜ ਕਹਿੰਦੇ ਦੁਨੀਆ ਆਖ ਆਖ ਕਰਕੇ ਪਰਮੇਸ਼ਰ ਦੇ ਗੁਣ ਜਿਹੜੇ ਨੇ ਪਰ ਉਹਦਾ ਅੰਤ ਨਹੀਂ ਪਾ ਰਹੀ, ਥੱਕ ਜਾਂਦੀ ਹੈ ਪਰ ਉਹਦਾ ਅੰਤ ਨਹੀਂ ਪਾਉਂਦੀ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਭਾਵ ਜਿੰਨਾ ਮਰਜ਼ੀ ਉਹਨੂੰ ਕਹੀਏ ਕਿ ਪਰਮੇਸ਼ਰ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਉਹਦੇ ਗੁਣ ਵੀ ਭਾਵ ਬਹੁਤ ਵੱਡੇ ਤੋਂ ਵੱਡੇ ਹਨ। ਆਖ ਆਖ ਰਹੇ ਲਿਵ ਲਾਏ, ਵੇਦ ਪੁਰਾਣ ਭਾਵ ਜੋ ਰਿਸ਼ੀ ਮੁਨੀ ਹਨ, ਹੋਰ ਦੇਵੀ ਦੇਵਤੇ ਹਨ, ਉਸ ਪਰਮੇਸ਼ਰ ਨੂੰ ਆਖ ਆਖ ਕਰਕੇ ਥੱਕ ਜਾਂਦੇ ਹਨ। ਆਖੇ ਵੇਦ ਪਾਠ ਪੁਰਾਣ, ਸਮਝ ਆ ਰਹੀ ਹੈ ਨਾ, ਆਖੇ ਵੇਦ ਪਾਠ ਪੁਰਾਣ, ਵੇਦ ਵੀ ਉਹਨੂੰ ਵੱਡਾ ਕਹਿ ਰਹੇ ਨੇ, ਪੁਰਾਣ ਵੀ ਉਹਨੂੰ ਵੱਡਾ ਕਹਿ ਰਹੇ ਹਨ। ਆਖੇ ਬੜੇ ਕਰੇ ਵਖਿਆਣ, ਉਹਨੂੰ ਪੜ੍ਹ ਕਰਕੇ ਉਹਦੀ ਵਖਿਆਣ ਉਹਦੀ ਵਿਚਾਰ ਕਰਦੇ ਨੇ। ਹੁਣ ਗੱਲ ਸਮਝ ਬਾਅਦ ਵਿੱਚ ਆਵੇਗੀ, ਲਾਸਟ ਵਿੱਚ। ਇਹ ਸਾਰਿਆਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਕੋਈ ਵੇਦ ਪੜ੍ਹ ਕੇ ਵਡਿਆਈ ਕਰਦਾ, ਕੋਈ ਵਿਚਾਰ ਕਰਦਾ ਹੈ। ਆਖੇ ਬਰਮੇ ਆਖੇ ਇੰਦਰ, ਸਾਰਿਆਂ ਦਾ ਨਾਂ ਲਿਆ, ਆਖੇ ਬਰਮੇ ਬਰਮਾ ਜੀ, ਆਖੇ ਬਰਮੇ ਆਖੇ ਇੰਦ, ਇੰਦ ਦਾ ਮਤਲਬ ਇੰਦਰ ਦੇਵਤਾ, ਬਰਮਾ ਦਾ ਮਤਲਬ ਬ੍ਰਹਮਾ ਜੀ, ਕਿ ਆਖੇ ਜਿਹੜੇ ਨੇ ਬ੍ਰਹਮਾ ਜੀ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਨੇ, ਇੰਦਰ ਦੇਵਤਾ ਵੀ ਉਹਦੀ ਵਡਿਆਈ ਕਰ ਰਹੇ ਹਨ। ਆਖੇ ਗੋਪੀ ਤੈ ਗੋਬਿੰਦ, ਗੋਪੀ ਜਿਹੜੀ ਗੋਪੀਆਂ ਨੇ, ਗੋਬਿੰਦ ਭਗਵਾਨ ਕ੍ਰਿਸ਼ਨ, ਹੋਰ ਦੇਵੀ ਦੇਵਤੇ ਜਿਹੜੇ ਹਨ। ਆਖੇ ਈਸ਼ਰ ਆਖੇ ਸਿੱਧ, ਆਖੇ ਈਸ਼ਰ ਆਖੇ ਸਿੱਧ, ਵੱਡੇ ਵੱਡੇ ਦੇਵੀ ਦੇਵਤੇ ਸਿੱਧ ਜੋਗੀ ਈਸ਼ਰ ਜਿਹੜੇ ਨੇ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਆਖੇ ਕੀਤੇ ਕੀਤੇ ਬੁੱਧ, ਬਹੁਤ ਜਿਹੜੇ ਨੇ ਉਹ ਜਿਹੜੇ ਪਰਮੇਸ਼ਰ ਦੇ ਕੀਤੇ ਹੋਏ ਇਸ ਸੰਸਾਰ ਤੇ ਜੀਵ ਨੇ, ਉਹ ਜਿਹੜੇ ਨੇ ਪਰਮੇਸ਼ਰ ਦੀ ਵਡਿਆਈ ਕਰ ਕਰਕੇ। ਆਖੇ ਦਾਨਵ ਆਖੇ ਦੇਵ, ਦਾਨਵ ਜਿਹੜੇ ਨੇ ਰਾਕਸ਼ਸ ਨੇ, ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਦੇਵ 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 ਕਹਿੰਦੇ ਨੇ ਦੇਵਤਿਆਂ ਨੂੰ, 33 ਕਰੋੜ ਦੇਵੀ ਦੇਵਤੇ ਨੇ, ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ਰ ਦੀ ਵਡਿਆਈ ਕਰ ਰਹੇ ਹਨ। ਆਖੇ ਸੁਰ ਨਰ ਮੁਨ ਜਨ ਸੇਵ, ਸੁਰ ਨਰ ਦੇਵੀ ਦੇਵਤੇ ਮੁਨ ਜਨ ਇਹ ਸਾਰੇ ਹੀ ਪਰਮੇਸ਼ਰ ਦੀ ਵਡਿਆਈ ਵਿੱਚ ਕੀਰਤੀ ਵਿੱਚ ਲੱਗੇ ਹਨ। ਕੀਤੇ ਆਖੇ ਆਖਣ ਬਾਹੇ, ਕਹਿੰਦੇ ਨੇ ਇਹ ਕਹਿ ਕਹਿ ਕਰਕੇ ਵਡਿਆਈ ਕਰ ਕਰਕੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਅਗਲਾ ਬਚਨ ਹੈ ਕੀਤੇ ਕਹਿ 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 ਕਰਕੇ ਉੱਠ ਉੱਠ ਜਾਹੇ, ਉਹ ਸੰਸਾਰ ਤੋਂ ਵਡਿਆਈ ਕਰ ਕਰਕੇ ਚੱਲਦੇ ਜਾ ਰਹੇ ਨੇ ਪਰ ਉਹਦੀ ਵਡਿਆਈ ਪਾਈ ਨਹੀਂ ਜਾ ਰਹੀ, ਕਿ ਐਸੀ ਉਹਦੀ ਵਡਿਆਈ ਹੈ। ਇਤੇ ਕੀਤੇ ਹੋਰ ਕਰੇ, ਭਾਵ ਜਿਵੇਂ ਕੋਈ ਉਸਨੂੰ ਵੱਡਾ ਕਹਿੰਦਾ, ਇਤੇ ਕੀਤੇ, ਜੇ ਕੋਈ ਉਸਨੂੰ ਵੱਡਾ ਕਹਿੰਦਾ ਤੇ ਉਹ ਆਪਣੇ ਆਪ ਨੂੰ ਹੋਰ ਵੱਡਾ ਕਰ ਲੈਂਦਾ, ਇਤੇ ਕੀਤੇ ਹੋਰ ਕਰੇ, ਪਰਮੇਸ਼ਰ ਹੋਰ ਆਪਣੇ ਆਪ ਨੂੰ ਵੱਡਾ ਕਰ ਲੈਂਦਾ ਹੈ। ਤਾਂ ਆਖ ਨਾ ਸਕੈ ਕੇਈ ਕੇ, ਇਸ ਕਰਕੇ ਪਰਮੇਸ਼ਰ ਦੀ ਵਡਿਆਈ ਜਿਹੜਾ ਉਹ ਕੋਈ ਜੀਵ ਕਰ ਨਹੀਂ ਸਕਦਾ। ਜੇ ਵੜ ਪਾਵੇ ਤੇ ਵੜ ਹੋਏ, ਪਰ ਕਹਿੰਦੇ ਜਿਵੇਂ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਆਪ ਹੀ ਜਾਣਦਾ ਹੈ। ਨਾਨਕ ਜਾਣੇ ਸਾਚਾ ਸੋਏ, ਨਾਨਕ ਜਾਣੇ ਉਹ ਪਰਮੇਸ਼ਰ ਗੁਰੂ ਨਾਨਕ ਸਰੂਪ ਪਾਰ ਬ੍ਰਹਮ ਸਰੂਪ ਹੀ ਜਾਣਦਾ ਹੈ। ਜੇ ਕੋ ਆਖੇ ਬੋਲ ਵਿਗਾੜ, ਜੇ ਕੋਈ ਕਵੇ ਮੂਰਖ ਬੰਦਾ ਅਗਿਆਨਤਾ ਦੇ ਵਸ ਵਿੱਚ ਹੋ ਕੇ ਕਵੇ ਕਿ ਮੈਂ ਪਰਮੇਸ਼ਰ ਨੂੰ ਪਾ ਲਿਆ, ਮੈਂ ਪਰਮੇਸ਼ਰ ਦੀ ਕੀਰਤੀ ਦੇਖ ਲਈ, ਲੱਖਾਂ ਪਤਾਲ ਦੇਖ ਲਏ, ਲੱਖਾਂ ਆਗਾਸ ਦੇਖ ਲਏ, ਕਿੱਡੇ ਕਿੰਨਾ ਕੁ ਵੱਡਾ ਉਹਦਾ ਆਕਾਰ ਹੈ ਉਹ ਵੀ ਮੈਂ ਦੇਖ ਲਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੋ ਆਖੇ ਬੋਲ ਵਿਗਾੜ, ਕਰੋ ਕਿਰਪਾ ਜੇ ਕੋ ਆਖੇ ਬੋਲ ਵਿਗਾੜ, ਮੈਂ ਕਦੇ ਨੀਂਦ ਨਾ ਆਇਆ ਜੇ, ਸੁਚੇਤ ਰਹੋ, ਸੁਚੇਤ ਹੋ ਕਰਕੇ ਸਰਵਣ ਕਰੋ, ਜੇ ਕੋ ਆਖੇ ਬੋਲ ਵਿਗਾੜ। ਮਹਾਰਾਜ ਕਹਿੰਦੇ ਜੇ ਕੋਈ ਅਗਿਆਨਤਾ ਦੇ ਵਸ ਵਿੱਚ ਹੋ ਕਰਕੇ ਕਹਿ ਦੇਵੇ ਕਿ ਮੈਂ ਪਾ ਲਿਆ, ਮੈਂ ਦੇਖ ਲਿਆ, ਤੇ ਮਹਾਰਾਜ ਅੱਗੇ ਬਚਨ ਕਰਦੇ ਹਨ, ਤਾਂ ਲਿਖਿਆ ਸਿਰ ਗਵਾਰਾਂ ਗਵਾਰ, ਫਿਰ ਉਹ ਮੂਰਖਾਂ ਵਿੱਚੋਂ ਮੂਰਖ ਹੈ, ਗਵਾਰ ਹੈ ਜਿਹੜਾ ਕਹਿ ਦਿੰਦਾ ਕਿ ਪਰਮਾਤਮਾ ਨੂੰ ਮੈਂ ਪਾ ਲਿਆ, ਪਰਮਾਤਮਾ ਨੂੰ ਮੈਂ ਸਮਝ ਲਿਆ। ਇਹ ਬਹੁਤ ਵੱਡੀ ਦਾਤ ਹੈ ਸਾਧ ਸੰਗਤ ਜੀ। ਭਾਈ ਸਹਿੰਦਾ ਜਦੋਂ ਗੁਰੂ ਕੋਲ ਆਵਾਂਗੇ ਤੇ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਪਾਉਣ ਦੀ ਗੱਲ ਤੇ ਪਰੇ ਹੈ, ਸਾਡੇ ਅੰਦਰ ਕੇਵਲ ਨਿਮਰਤਾ ਹੋਣੀ ਚਾਹੀਦੀ ਹੈ। ਇਹ 26 ਪੌੜੀ ਤੱਕ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਸਰਵਣ ਕੀਤੀ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਪਰਮੇਸ਼ਰ ਦੀ ਜਿਹੜੀ ਕੀਰਤੀ ਕਰਦੇ ਨੇ, ਜਿਹੜਾ ਉਹਦਾ ਅੰਤ ਪਾਉਣਾ ਚਾਹੁੰਦੇ ਨੇ, ਉਹਨਾਂ ਦੀ ਮਰਜ਼ ਗੱਲ ਕਰਦੇ ਨੇ।
ਹੁਣ ਗੱਲ ਬਣੇਗੀ ਕਿੱਥੋਂ ਜਦੋਂ ਅਸੀਂ ਕਹਾਂਗੇ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ ਅਤੇ ਅਸੀਂ ਪ੍ਰਵਾਨ ਕਦੋਂ ਹੋਵਾਂਗੇ ਸਰਸਾ ਨਦੀ ਦੇ ਨੇੜੇ ਭਾਈ ਸਹਿੰਦੇ ਦਾ ਘਰ ਹੈ ਸਰਸਾ ਨਦੀ ਦੇ ਨੇੜੇ ਭਾਈ ਸਹਿੰਦੇ ਦਾ ਘਰ ਹੈ ਅਤੇ ਸਾਧ ਸਿੰਘ ਜੀ ਭਾਈ ਸਹਿੰਦੇ ਦਾ ਕੰਮ ਕੀ ਹੈ ਕਿ ਇੱਕ ਬੇੜੀ ਰੱਖੀ ਹੋਈ ਹੈ ਇੱਧਰੋਂ ਮਲਾਹ ਪਾਵ ਜਿਹੜੇ ਨੇ ਬੰਦੇ ਬਿਠਾਉਣੇ ਮਲਾਹ ਦਾ ਕੰਮ ਕਰਨਾ ਇੱਧਰੋਂ ਬੰਦੇ ਬਿਠਾਉਣੇ ਦੂਜੇ ਪੰਨੇ ਲਾ ਦੇਣ ਇਹ ਕੰਮ ਹੈ ਪਰ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ 'ਤੇ ਨੇ ਅਤੇ ਇੱਕ ਦਿਨ ਦੁਪਹਿਰ ਦਾ ਸਮਾਂ ਜੇਠ ਹਾੜ੍ਹ ਦੀ ਗਰਮੀ ਦੇਖੋ ਗੁਰੂ ਕਿਵੇਂ ਸਿੱਖ ਦੀ ਅਰਦਾਸ ਬੇਨਤੀ ਪ੍ਰਵਾਨ ਕਰਦਾ ਦੁਪਹਿਰ ਦੀ ਗਰਮੀ ਤੋਂ ਸਵੇਰ ਤੋਂ ਲੈ ਕਰਕੇ ਭਾਈ ਸਹਿੰਦਾ ਅੱਜ ਕਿਸੇ ਨੂੰ ਬਿਠਾਉਂਦਾ ਨਹੀਂ ਬੇੜੀ ਵਿੱਚ ਅੱਜ ਮਨ ਵਿੱਚ ਵਿਚਾਰ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਮੇਰੀ ਬੇੜੀ ਵਿੱਚ ਬਹਿ ਜਾਓ ਵਿਚਾਰ ਕੀਤੀ ਭਾਈ ਸਹਿੰਦੇ ਨੇ ਮਹਾਰਾਜ ਅੱਜ ਮੇਰੀ ਤੁਸੀਂ ਬੇੜੀ ਵਿੱਚ ਬੈਠੋ ਮੈਂ ਤੁਹਾਨੂੰ ਪਸੇ ਪਾਤਸ਼ਾਹ ਪਾਰ ਲੰਘਾਵਾਂਗਾ ਕਹਿੰਦੇ ਨੇ ਯਾਦ ਕਰਦਿਆਂ ਕਰਦਿਆਂ ਦੁਪਹਿਰ ਦਾ ਸਮਾਂ ਹੋ ਗਿਆ ਦੁਪਹਿਰ ਚੜ੍ਹੀ ਹੈ ਅਤੇ ਕੋਈ ਉਸ ਸਮੇਂ ਪੰਛੀ ਵੀ ਸਾਧ ਸਿੰਘ ਜੋ ਬੈਠੇ ਹੁੰਦੇ ਨੇ ਜੇਠ ਹਾੜ੍ਹ ਦੀ ਗਰਮੀ ਵਿੱਚ ਕਹਿੰਦੇ ਨੇ ਦੁਪਹਿਰ ਦੇ 2 ਵਜੇ ਸਿਰ 'ਤੇ ਧੁੱਪ ਚੜ੍ਹੀ ਹੈ ਅਤੇ ਭਾਈ ਸਹਿੰਦਾ ਬੇੜੀ ਨੂੰ ਸਾਫ਼ ਕਰ ਰਿਹਾ ਅਤੇ ਧੁੱਪ ਚੜ੍ਹੀ ਵਿੱਚ ਭਾਈ ਸਹਿੰਦੇ ਨੂੰ ਸਾਧ ਸਿੰਘ ਜੀ ਸੁੱਧ ਬੁੱਧ ਵਿਸਰ ਗਈ ਬੇਹੋਸ਼ ਹੋ ਕਰਕੇ ਬੇੜੀ ਵਿੱਚ ਡਿੱਗ ਪਿਆ ਜਦੋਂ ਬੇੜੀ ਵਿੱਚ ਡਿੱਗਿਆ ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਭਾਈ ਸਿੰਘੋ ਘੋੜੇ ਤਿਆਰ ਕਰੋ ਸਾਡਾ ਸਿੱਖ ਸਾਨੂੰ ਯਾਦ ਕਰਦਾ ਹੈ ਮਹਾਰਾਜ ਨੇ ਕੁਝ ਸਿੰਘ ਨਾਲ ਲਏ ਇਤਿਹਾਸ ਲਿਖਦਾ ਕਿ 21 ਸਿੰਘ ਮਹਾਰਾਜ ਦੇ ਨਾਲ ਸਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 21 ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਨ ਜਦੋਂ ਸਾਧ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਰਸਾ ਨਦੀ ਦੇ ਕੰਢੇ 'ਤੇ ਪਹੁੰਚੇ ਕੀ ਦੇਖਦੇ ਨੇ ਆਵਾਜ਼ ਮਾਰਦੇ ਨੇ ਭਾਈ ਸਹਿੰਦਿਆ ਉੱਠ ਭਾਈ ਸਹਿੰਦਾ ਤੇ ਬਹੁ ਬੇਹੋਸ਼ ਹੈ ਅਤੇ ਬੇਹੋਸ਼ ਦੀ ਸੁਰਤੀ ਵਿੱਚ ਅਨੰਦਪੁਰ ਸਾਹਿਬ ਪਹੁੰਚਿਆ ਜਦੋਂ ਆਵਾਜ਼ ਮਾਰਦੇ ਸੀ ਮਹਾਰਾਜ ਅਨੰਦਪੁਰ ਸਾਹਿਬ ਸੀ ਅੱਜ ਮਹਾਰਾਜ ਬੈਠੇ ਨੇ ਕੋਲ ਆਏ ਨੇ ਅਤੇ ਸੁਰਤ ਅਨੰਦਪੁਰ ਸਾਹਿਬ ਪਹੁੰਚੀ ਹੈ ਮਹਾਰਾਜ ਨੇ ਬਚਨ ਕੀਤੇ ਭਾਈ ਸਹਿੰਦੇ ਨੂੰ ਸਹਿੰਦਿਆ ਉੱਠ ਅੱਜ ਤੇਰੇ ਕੋਲ ਅਸੀਂ ਆਏ ਹਾਂ ਪਰ ਭਾਈ ਸਹਿੰਦਾ ਤਾਂ ਬੇਹੋਸ਼ ਹੈ ਕਹਿੰਦੇ ਨੇ ਦੂਜੀ ਆਵਾਜ਼ ਮਾਰੀ ਤੀਜੀ ਆਵਾਜ਼ ਮਾਰੀ ਅਤੇ ਕੀ ਦੇਖਦਾ ਕਿਸੇ ਨੇ ਆਵਾਜ਼ ਮਾਰੀ ਹੈ ਅਤੇ ਸਾਧ ਸੰਗਤ ਜੀ ਕੀ ਦੇਖਦਾ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੜ੍ਹੇ ਨੇ ਜਦੋਂ ਖੜ੍ਹੇ ਤਾਂ ਮਹਾਰਾਜ ਦੇ ਚਰਨਾਂ 'ਤੇ ਟਹਿ ਪਿਆ ਚਰਨਾਂ 'ਤੇ ਟਹਿ ਪਿਆ ਵੈਰਾਗ ਧਾਰਨ ਕਰ ਲਿਆ ਕਿ ਮਹਾਰਾਜ ਮੈਂ ਸੁਣਿਆ ਸੀ ਤੁਸੀਂ ਪੁਕਾਰ ਸੁਣਦੇ ਹੋ ਪਰ ਸੱਚ ਤੁਸੀਂ ਦਰਸ਼ਨ ਦਿੱਤੇ ਨੇ ਮਹਾਰਾਜ ਮੇਰੀ ਬੇੜੀ ਵਿੱਚ ਬੈਠੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੇਵਕ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬੇੜੀ ਵਿੱਚ ਬੈਠੇ ਨੇ ਹੁਣ ਦੇਖੋ ਅਵਸਥਾ ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ ਭਾਈ ਮੰਝ ਨੇ ਆਪਣੇ ਲਈ ਕੁਝ ਨਹੀਂ ਮੰਗਿਆ ਗੁਰੂ ਕੀ ਸਿੱਖੀ ਸਿੱਖਾਂ ਲਈ ਮੰਗਿਆ ਮਹਾਰਾਜ ਜੇ ਤੁੱਠੇ ਹੋ ਤਾਂ ਇਸ ਤੋਂ ਬਾਅਦ ਇੱਡੀ ਵੱਡੀ ਪ੍ਰੀਖਿਆ ਨਾ ਲਿਓ ਕੱਲ੍ਹ ਤੁਸੀਂ ਸਾਰਿਆਂ ਨੇ ਸਰਵਣ ਕੀਤਾ ਸਾਧ ਸਿੰਘ ਜੀ ਭਾਈ ਸਹਿੰਦੇ ਨੇ ਗੁਰੂ ਸਾਹਿਬ ਨੂੰ ਪਾਰ ਲੰਘਾ ਦਿੱਤਾ 21 ਸਿੰਘ ਨਾਲ ਨੇ ਜਦੋਂ ਪਾਰ ਲੰਘਾ ਦਿੱਤਾ ਮਹਾਰਾਜ ਕਹਿੰਦੇ ਗਰੀਬ ਹੈ ਸਿੱਖ ਜਿਹੜਾ ਗਰੀਬ ਹੈ ਸਾਰਾ ਦਿਨ ਅੱਜ ਕਿਸੇ ਨੂੰ ਬਿਠਾਇਆ ਨਹੀਂ ਘਰ ਦਾ ਕੰਮ ਕਾਰ ਕਿਵੇਂ ਚੱਲਦਾ ਹੋਵੇਗਾ ਮਹਾਰਾਜ ਨੇ ਬਚਨ ਕੀਤੇ ਭਾਈ ਦਇਆ ਸਿੰਘਾ ਕੁਝ ਮੋਹਰਾਂ ਜਿਹੜੀਆਂ ਕੱਢ ਕਰਕੇ ਇਹਨੂੰ ਦੇ ਦੇ ਅਤੇ ਉਸ ਸਮੇਂ ਕਿਸੇ ਕਵੀ ਨੇ ਬੜੀਆਂ ਪਿਆਰੀਆਂ ਪੰਗਤੀਆਂ ਲਿਖੀਆਂ ਮੈਂ ਸਾਂਝੀ ਕਰ ਦੇਵਾਂ ਅਤੇ ਸਾਧ ਸਿੰਘ ਜੀ ਕਵੀ ਲਿਖਦਾ 10ਵੇਂ ਪਾਤਸ਼ਾਹ ਚੜ੍ਹੇ ਸ਼ਿਕਾਰ ਇੱਕ ਦਿਨ ਮਹਾਰਾਜ ਉਸ ਦਿਨ ਸ਼ਿਕਾਰ ਵੀ ਚੱਲੇ ਸਨ ਨਾਲ ਮਹਾਰਾਜ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ ਬੜੀਆਂ ਸੋਹਣੀਆਂ ਪੰਗਤੀਆਂ ਲਿਖੀਆਂ ਨੇ ਕਵੀ ਨੇ ਕਹਿੰਦੇ ਇੱਕ ਦਿਨ 10ਵੇਂ ਪਾਤਸ਼ਾਹ ਚੜ੍ਹੇ ਸ਼ਿਕਾਰ ਇੱਕ ਦਿਨ ਕੁਝ ਸਿੰਘਾਂ ਨੂੰ ਨਾਲ ਲਿਜਾਵੰਦੇ ਨੇ ਸਰਸਾ ਨਦੀ ਦੇ ਘਾਟ 'ਤੇ ਪਹੁੰਚ ਕੇ ਇੱਕ ਨਾਵ ਵਿੱਚ ਚਰਨ ਪਾਉਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਹੈ ਕਹਿੰਦੇ ਨੇ ਜਦੋਂ ਮਹਾਰਾਜ ਨੇ ਨਾਵ ਵਿੱਚ ਚਰਨ ਪਾਏ ਭਾਈ ਸਹਿੰਦੇ ਨੇ ਪਾਰ ਲੰਘਾ ਦਿੱਤਾ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਕਿਹਾ ਭਾਈ ਦਇਆ ਸਿੰਘਾ ਇਸ ਨੂੰ ਮਾਇਆ ਦੀ ਬੜੀ ਲੋੜ ਹੈ ਸਾਰਾ ਦਿਨ ਕੋਈ ਕਿਰਤ ਨਹੀਂ ਕੀਤੀ ਕਿਸੇ ਨੂੰ ਬਿਠਾਇਆ ਨਹੀਂ ਮੇਰੇ ਲਈ ਇਹਨੇ ਸਾਰਾ ਦਿਨ ਐਵੇਂ ਖਰਾਬ ਕਰ ਦਿੱਤਾ ਤੂੰ ਇਹਨੂੰ ਮੋਹਰਾਂ ਦੀ ਬੁੱਕ ਭਰ ਕੇ ਦੇ ਤਾਂ ਕਰਕੇ ਇਹਦਾ ਜੀਵਨ ਕਾਰ ਚੱਲ ਸਕੇ ਦੇਖੋ ਮੰਗਿਆ ਕੀ ਹੈ ਮੰਗਣ ਦੀ ਜਾਚ ਜਿਵੇਂ ਦ੍ਰੋਪਦੀ ਨੂੰ ਆ ਗਈ ਸੀ
ਅੱਜ ਸਾਨੂੰ ਵੀ ਕਿਤੇ ਦਾਤ ਗੁਰੂ ਕੋਲ ਮੰਗਣ ਦੀ ਆ ਜਾਵੇ, ਬਹੁਤ ਕੁਝ ਪ੍ਰਾਪਤ ਹੁੰਦਾ। ਸਾਧ ਸੰਗਤ ਜੀ ਅਗਲਾ ਬਚਨ ਕੀਤਾ ਹੈ, ਕਹਿੰਦੇ ਨੇ ਬੇੜਾ ਇੱਕ ਮਲਾਹ ਨੇ ਪਾਰ ਕੀਤਾ, ਜਗਤ ਦਾਤਾ ਖੁਸ਼ੀਆਂ ਵਿੱਚ ਆਉਂਦੇ ਨੇ। ਕਹਿੰਦੇ ਨੇ ਝੱਲੇ ਭਾਈ ਸਹਿੰਦੇ ਨੇ ਬਚਨ ਕੀਤੇ, ਮੈਂ ਬੇਨਤੀ ਕਰ ਦੇਵਾਂ। ਮਲਾਹ ਲਿਖ ਭਾਈ ਸਾਹਿਬ ਲਿਖਦੇ ਨੇ, ਕਿਸੇ ਕਵੀ ਨੇ ਲਿਖਿਆ ਕਿ ਜਦੋਂ ਭਾਈ ਦਇਆ ਸਿੰਘ ਨੇ ਇੱਕ ਮੋਹਰ ਜਿਹੜੀ ਹੈ ਭਾਵ ਮੋਹਰਾਂ ਦੀ ਥੈਲੀ ਕੱਢ ਕਰਕੇ ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਮਹਾਰਾਜ ਦੇ ਦਈਏ? ਕਹਿੰਦੇ ਹਾਂ ਦੇ ਦਿਓ। ਭਾਈ ਸਹਿੰਦੇ ਦੇ ਮਨ ਵਿੱਚ ਵਿਰਾਗ ਆ ਗਿਆ, ਮਹਾਰਾਜ ਸੱਚੇ ਪਾਤਸ਼ਾਹ ਹੋਰ ਵੀ ਜਿਹੜੇ ਕੋਈ ਮੇੜੀ ਬੇੜੀ ਵਿੱਚ ਬੈਠਦਾ ਸੀ ਉਹ ਵੀ ਮਹਾਰਾਜ ਮਾਇਆ ਦਿੰਦੇ, ਤੁਸੀਂ ਵੀ ਮਾਇਆ ਦਿੰਦੇ ਹੋ, ਫਰਕ ਕੀ ਰਹਿ ਗਿਆ? ਦੁਨੀਆ ਆਉਂਦੀ ਹੈ ਇੰਨੀ ਚੜ੍ਹਦੀ ਹੈ ਮੇਰੀ ਬੇੜੀ ਵਿੱਚ, ਹੋਰ ਵੀ ਬੜੇ ਚੜ੍ਹਦੇ ਨੇ, ਤੁਹਾਡੇ ਵਿੱਚ ਅਤੇ ਲੋਕਾਂ ਵਿੱਚ ਮਹਾਰਾਜ ਫਰਕ ਕੀ ਰਹਿ ਗਿਆ? ਤੁਸੀਂ ਮੋਹਰਾਂ ਦੇ ਦਿੱਤੀਆਂ, ਹੋਰ ਨੇ ਮਾਇਆ ਦੇ ਦਿੱਤੀ, ਫਰਕ ਕੀ ਰਹਿ ਗਿਆ? ਕਵੀ ਲਿਖਦਾ, ਕਵੀ ਨੇ ਇੱਥੇ ਪੰਕਤੀਆਂ ਲਿਖੀਆਂ, ਦਰਜੀ ਦਰਜੀ ਲੁਹਾਰ ਲੁਹਾਰ ਪਾਸੋ ਮਿਹਨਤ ਲਏ ਨਾ ਜੁਲਾਹੇ ਜੁਲਾਹੇ ਪ੍ਰੀਤਮ। ਕਿ ਇੱਕ ਦੁਨੀਆ ਦੀ ਰੀਤ ਹੈ ਕਿ ਦਰਜੀ ਦਰਜੀ ਕੋਲੋਂ ਮਾਇਆ ਨਹੀਂ ਲੈਂਦਾ, ਲੁਹਾਰ ਲੁਹਾਰ ਕੋਲੋਂ ਮਾਇਆ ਨਹੀਂ ਲੈਂਦਾ। ਅਤੇ ਅਗਲਾ ਬਚਨ ਕੀਤਾ ਹੈ, ਕਹਿੰਦੇ ਮਿਹਨਤ ਮਿਹਨਤ ਲਏ ਨਾ ਜੁਲਾਹੇ ਜੁਲਾਹੇ ਪਾਸੋਂ। ਕਿ ਇਹ ਆਦਤ ਬਣੀ ਹੋਈ ਹੈ ਸੰਸਾਰ ਦੀ ਕਿ ਜਿਹੜਾ ਬੰਦਾ ਕੰਮ ਕਰਦਾ ਹੋਵੇ ਉਸ ਕੋਲੋਂ ਜਾਏ ਤਾਂ ਅਗਲਾ ਕਹਿੰਦਾ ਤੂੰ ਵੀ ਇਹ ਕਰਦਾ ਮੈਂ ਵੀ ਇਹ ਕਰਦਾ, ਮਾਇਆ ਨਹੀਂ ਲੈਣ। ਭਾਈ ਸਹਿੰਦੇ ਨੇ ਬਚਨ ਕਰ ਦਿੱਤਾ, ਮਹਾਰਾਜ ਮਲਾ ਮੈਂ ਮਲਾ ਤੁਸੀਂ, ਅਤੇ ਤੁਸੀਂ ਫਿਰ ਮੈਨੂੰ ਮਾਇਆ ਦਿੰਦੇ ਹੋ, ਗੱਲ ਬਣਦੀ ਨਹੀਂ। ਜਦੋਂ ਇਹ ਗੱਲ ਕੀਤੀ ਭਾਈ ਦਇਆ ਸਿੰਘ ਨੂੰ ਬੜਾ ਮਨ ਵਿੱਚ ਵਿਚਾਰ ਆ ਗਈ ਕਿ ਤੁਸੀਂ ਸਾਡੇ ਸਤਿਗੁਰੂ ਨੂੰ ਮਲਾ ਕਿਵੇਂ ਕਹਿ ਦਿੱਤਾ? ਪਿਆਰ ਵਿੱਚ ਕਿਹਾ ਸੀ ਭਾਈ ਸਹਿੰਦੇ ਨੇ, ਸੱਚੇ ਪਾਤਸ਼ਾਹ ਮੈਂ ਵੀ ਮਲਾ ਹੈ ਤੁਸੀਂ ਵੀ ਮਲਾ ਹੋ, ਅਤੇ ਜੇ ਤੁਸੀਂ ਮਾਇਆ ਦੇ ਦਿੱਤੀ ਇਸ ਗੱਲ ਸੋਭਦੀ ਨਹੀਂ। ਭਾਈ ਦਇਆ ਸਿੰਘ ਨੇ ਮਨ ਵਿੱਚ ਇਹ ਗੱਲ ਵਿਚਾਰ ਕੇ ਹੈਰਾਨਗੀ ਜ਼ਾਹਰ ਕੀਤੀ, ਸਹਿੰਦਾ ਭਾਈ ਸਹਿੰਦਿਆ ਇਹ ਗੱਲ ਤੂੰ ਕਿਹੜੀ ਕੀਤੀ, ਚੰਗੀ ਨਹੀਂ ਕੀਤੀ, ਕਿ ਤੂੰ ਤਾਂ ਮਲਾ ਹੈ ਸਾਰਾ ਜੱਗ ਜਾਣਦਾ ਪਰ ਸਾਡੇ ਸਤਿਗੁਰੂ ਤਾਂ ਮਲਾ ਨਹੀਂ, ਉਹ ਤਾਂ ਪਾਤਸ਼ਾਹ ਦੇ ਪਾਤਸ਼ਾਹ ਨੇ। ਅਤੇ ਸਾਧ ਸਿੰਘ ਜੀ ਕਵੀ ਨੇ ਅਗਲੀਆਂ ਪੰਕਤੀਆਂ ਲਿਖੀਆਂ ਨੇ, ਕਹਿੰਦੇ ਨੇ ਅੱਗੇ ਹੱਸ ਕੇ ਮੇਰਾਂ ਦੀ ਸਾਈ ਕਹਿਆ ਤੂੰ ਤਾਂ ਪ੍ਰੇਮ ਦੀਆਂ ਬੋਲੀਆਂ ਪਾਈਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਭਾਈ ਸਹਿੰਦੇ ਆ ਤੂੰ ਤਾਂ ਹੱਸ ਕੇ ਇਹ ਵਿਚਾਰ ਕੀਤੀ ਹੈ, ਤੂੰ ਤਾਂ ਪ੍ਰੇਮ ਦੀਆਂ ਬੋਲੀਆਂ ਪਾਈਆਂ ਨੇ, ਤੂੰ 21 ਸਿੰਘਾਂ ਨੂੰ ਪਾਰ ਕੀਤਾ ਸੀ, ਤੇਰੀਆਂ 21 ਕੁੱਲਾਂ ਤਾਰੀਆਂ ਨੇ। ਸਤਿ ਸ਼੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਤੂੰ ਤਾਂ 21 ਸਿੰਘਾਂ ਨੂੰ ਤਾਰਿਆ, ਮੈਂ ਤੇਰੀ 21 ਕੁੱਲਾਂ ਤਾਰੀਆਂ ਨੇ। ਭਾਈ ਦਇਆ ਸਿੰਘ ਨੇ ਬਚਨ ਕੀਤੇ ਮਹਾਰਾਜ ਗੱਲ ਸੋਭਦੀ ਨਹੀਂ, ਮਲਾ ਇਹ ਹੈ ਤੁਹਾਨੂੰ ਇਹਨੇ ਮਲਾ ਕਿਵੇਂ ਕਿਹਾ? ਭਾਈ ਸਹਿੰਦੇ ਦੇ ਹੱਥ ਜੁੜ ਗਏ, ਕਹਿੰਦੇ ਨੇ ਭਾਈ ਦਇਆ ਸਿੰਘਾ ਮੈਂ ਕੇਵਲ ਇਸ ਨਦੀ ਤੋਂ ਇਸ ਨਦੀ ਤੱਕ ਪਾਰ ਕਰਦਾ ਤਾਂ ਮੇਰਾ ਨਾਂ ਮਲਾਹ ਸੰਸਾਰ ਵਿੱਚ ਗਿਣਿਆ ਜਾਂਦਾ ਹੈ। ਇਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਇਹ ਇਸ ਜਗਤ ਤੋਂ ਉਸ ਜਗਤ ਤੱਕ ਲੈ ਕੇ ਜਾਂਦੇ ਨੇ, ਇਹ ਵੀ ਮਲਾਹ ਨੇ ਅਤੇ ਮੈਂ ਵੀ ਮਲਾਹ ਹਾਂ, ਫਰਕ ਕੋਈ ਨਹੀਂ। ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਕਹਿੰਦੇ ਤੂੰ 21 ਸਿੰਘਾਂ ਨੂੰ ਤਾਰਿਆ, ਮੈਂ ਤੇਰੀਆਂ 21 ਕੁੱਲਾਂ ਤਾਰੀਆਂ ਨੇ, ਜਾ ਸਹਿੰਦੇ ਆ ਤੂੰ ਆਪ ਤਰਿਆ, ਤੇਰਾ ਪਰਿਵਾਰ ਤਰਿਆ। ਇਹ ਪਿਆਰ ਦੀ ਗੱਲ ਹੈ, ਮੈਂ ਤਾਂ ਇਹ ਸਾਖੀਆਂ ਇਸ ਤਰ੍ਹਾਂ ਦੀਆਂ ਲੈ ਕੇ ਚੱਲਦਾ, ਕਿਤੇ ਸਾਡੇ ਮਨ ਵਿੱਚ ਇਹ ਪਿਆਰ ਜਾਗ ਜੇ, ਕਿਤੇ ਸਾਨੂੰ ਸਿੱਖੀ ਮਿਲ ਜੇ। ਇਹ ਸਿੱਖੀ ਕੇਵਲ ਇਹ ਨਹੀਂ, ਅਸੀਂ ਸਿੱਖੀ ਨੂੰ ਕਿੱਥੋਂ ਤੱਕ ਸੀਮਿਤ ਸਮਝੇ ਆ ਕਿ ਸਿੱਖਾਂ ਦੇ ਘਰਾਣੇ ਵਿੱਚ ਜਨਮ ਹੋ ਗਿਆ, ਬਹੁਤ ਅੱਛੀ ਗੱਲ ਹੈ, ਗੁਰਦੁਆਰੇ ਆ ਗਏ, ਸੰਗਤ ਵਿੱਚ ਬੈਠ ਕੇ ਪਰਿਕਰਮਾ ਕਰ ਲਈਆਂ, ਕੜਾ ਪ੍ਰਸ਼ਾਦ ਲੈ ਲਿਆ, ਲੰਗਰ ਛਕ ਲਿਆ, ਹੋਰ ਕੀ ਲੱਗੀ ਹੈ ਕਿ ਅਸੀਂ ਸਿੱਖ ਹਾਂ। ਇੱਥੋਂ ਤੱਕ ਅਸੀਂ ਆਪਣੇ ਆਪ ਨੂੰ ਸਿੱਖ ਗਿਣਦੇ ਹਾਂ, ਪਰ ਮਹਾਰਾਜ ਕਹਿੰਦੇ ਇਹ ਤੇ ਤੂੰ ਪੌੜੀ ਵੀ ਨਹੀਂ ਚੜਿਆ। ਹੁਣ ਗੱਲ ਸਮਝ ਲਿਓ, ਜਿਵੇਂ ਜਿਵੇਂ ਅੱਗੇ ਚੜੋਗੇ ਕਿੰਨਾ ਕੁ ਆਨੰਦ ਆਵੇਗਾ ਸਿੱਖੀ ਵਿੱਚ, ਕਿੰਨਾ ਕੁ ਸਤਿਗੁਰੂ ਦਾ ਪਿਆਰ ਮਿਲੇਗਾ। ਜੇ ਇੱਥੋਂ ਅੱਗੇ ਵਧੋਗੇ ਤਾਂ ਸਿੱਖ ਹੈ, ਸਿੱਖ ਦਾ ਨਾਮ ਹੈ ਗੁਰੂ ਕੀ ਸਿੱਖਿਆ ਲੈਣੀ, ਸਾਰੀ ਜ਼ਿੰਦਗੀ ਸਿੱਖ ਦੇ ਰਹਿਣਾ। ਬੇਨਤੀ ਕੀਤੀ ਸੀ ਕੱਲ੍ਹ ਕਿਸੇ ਗੁਰਮੁਖ ਪਿਆਰੇ ਨੇ, ਗਿਆਨੀ ਜੀ ਆਰੰਭ ਦੇ ਸਮੇਂ ਸਮਾਪਤੀ ਦੇ ਸਮੇਂ 5 ਮਿੰਟ ਗੁਰੂ ਮੰਤਰ ਦਾ ਜਾਪ ਕਰਾਇਆ ਕਰੋ। ਮੈਨੂੰ ਵੀ ਬੜਾ ਅੱਛਾ ਲੱਗਿਆ ਕਿ ਨਾਮ ਸਭਨਾ ਤੋਂ ਸ਼੍ਰੋਮਣੀ ਹੈ, ਸੰਗਤ ਵਿੱਚ ਬੈਠੇ ਹਾਂ, ਕਿਉਂਕਿ ਘਰ ਵਿੱਚ ਵਿੱਚ ਬੈਠਿਆਂ ਬੰਦਾ 1 ਘੰਟਾ ਗੁਰਮੰਤਰ ਦਾ ਜਾਪ ਕਰ ਲਏ, ਕਿੱਡੀ ਵਡਿਆਈ ਹੈ। ਮੈਂ ਤਾਂ ਬੇਨਤੀ ਕਰ ਦੇਵਾਂ, 5 ਮਿੰਟ ਹੀ ਬਚੇ ਨੇ, ਗਲਾ ਸਾਥ ਨਹੀਂ ਦਿੰਦਾ, ਰੋਜ਼ ਬੜਾ ਔਖਾ ਬੋਲਣਾ ਪੈਂਦਾ ਕਿਉਂਕਿ 4-4 ਘੰਟੇ ਦਿਨ ਵਿੱਚ ਬੋਲਣਾ ਪੈਂਦਾ ਸਾਧ ਸੰਗਤ ਜੀ। ਅਤੇ ਭਾਈ ਸਾਹਿਬ ਲਿਖਦੇ ਨੇ ਕਿ ਜਿਵੇਂ ਬੰਦਾ 4 ਘੰਟੇ ਘਰ ਵਿੱਚ ਭਗਤੀ ਕਰੇ,
ਚਾਰ ਘੰਟੇ ਛੇ ਘੰਟੇ ਘਰ ਵਿੱਚ ਭਗਤੀ ਕਰੇ, ਇੱਕ ਘੰਟੇ ਗੁਰਦੁਆਰੇ ਆ ਕੇ ਕਰ ਲਏ, ਉਹ ਛੇ ਘੰਟਿਆਂ ਦੇ ਬਰੋਬਰ ਹੈ। ਐਡੀ ਵੱਡੀ ਭਗਤੀ ਹੈ ਸੰਗਤ ਵਿੱਚ ਆ ਕੇ। ਆਓ ਗੁਰੂ ਕਿਰਪਾ ਕਰੇ, ਇਹ ਜੋ ਬਹੁਤ ਵੱਡਾ ਸਮਾਗਮ 550 ਸਾਲਾਂ ਗੁਰੂ ਨਾਨਕ ਸਾਹਿਬ ਜੀਆਂ ਦਾ ਆਪ ਜੀ ਸਮੂਹ ਸਾਧ ਸੰਗਤ ਵੱਲੋਂ ਮਨਾਇਆ ਜਾ ਰਿਹਾ, ਗੁਰੂ ਸਾਹਿਬ ਗੁਰੂ ਨਾਨਕ ਅੱਗੇ ਹੋਈ ਅਰਦਾਸ ਹੈ, ਮਹਾਰਾਜ ਬੜਾ ਸੁੱਖ ਦਿੱਤਾ ਜੀਵਨ ਵਿੱਚ, ਬੜੇ ਜੀਵਨ ਵਿੱਚ ਆਨੰਦ ਦਿੱਤਾ। ਜੇ ਕੁਝ ਹੈ ਨਹੀਂ ਤਾਂ ਉਹ ਤੇਰੀ ਸਿੱਖੀ ਨਹੀਂ ਹੈ ਮਹਾਰਾਜ। ਜੀਵਨ ਵਿੱਚ ਮਾਇਆ ਵੀ ਬੜੀ ਹੈ, ਸੁੱਖ ਵੀ ਬੜਾ ਹੈ, ਅਤੇ ਜੇ ਕੁਝ ਹੈ ਨਹੀਂ ਤਾਂ ਇਸ ਹਿਰਦੇ ਵਿੱਚ ਤੇਰੀ ਸਿੱਖੀ ਨਹੀਂ। ਮਹਾਰਾਜ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਦਿਓ, ਅਤੇ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਕਥਾ ਦੇ ਸਤਿਕਾਰਯੋਗ ਤਿਲ ਫੁੱਲ ਭੇਟਾਵਾਂ, ਕਿਉਂਕਿ ਇਹ ਸਾਧ ਸਿੰਘ ਜੀ ਜਿਵੇਂ ਸਤਿਗੁਰ ਦਾ ਬਚਨ ਹੈ ਦਸਵੰਧ ਕੱਢਣਾ, ਸਤਿਗੁਰ ਦੀ ਕਿਰਪਾ ਦੇ ਨਾਲ ਆਪ ਸਮੂਹ ਸੰਗਤਾਂ ਵੱਲੋਂ ਕਥਾ ਦੇ ਸਤਿਕਾਰਯੋਗ ਬੇਅੰਤ ਮਾਇਆ ਹਾਜ਼ਰ ਹੁੰਦੀ ਹੈ। ਗੁਰੂ ਅੱਗੇ ਅਰਦਾਸ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਮਹਾਰਾਜ ਆਪ ਸਭਨਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨ, ਆਉਣ ਵਾਲਾ ਸਮਾਂ ਦੀ ਸੇਵਾ ਮਹਾਰਾਜ ਆਪ ਮਿਹਰ ਪ੍ਰਿਆਤ ਰੱਖੇ, ਤੰਦਰੁਸਤੀ ਬਖਸ਼ਿਸ਼ ਕਰਕੇ ਆਪ ਕਰਾ ਲੈਣ। ਆਓ 5 ਮਿੰਟ ਇਕਾਗਰ ਚਿਤ ਹੋ ਕਰਕੇ ਜੁੜ ਜਾਇਓ, ਅੱਖਾਂ ਬੰਦ ਕਰ ਲਿਓ। ਇਹ ਨਹੀਂ ਕਿ ਸਾਡਾ ਧਿਆਨ ਹੀ ਕੇਵਲ ਜ਼ਬਾਨ ਹੀ ਚੱਲਦੀ ਰਹੇ, ਮਨ ਨਾ ਸਾਡਾ ਚੱਲੇ। ਜਿਸ ਦਿਨ ਮਨ ਚੱਲੇਗਾ ਗੱਲ ਉਸ ਦਿਨ ਬਣੇਗੀ। ਕਰਿਓ ਕਿਰਪਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਅਤੇ ਆਪਾਂ ਆਰੰਭ ਵੇਲੇ ਤਾਂ ਜਪਦੇ ਹੀ ਸਨ, ਅਤੇ ਕੱਲ੍ਹ ਇੱਕ ਵੀਰ ਜੀ ਨੇ ਬੇਨਤੀ ਕੀਤੀ, ਮੈਨੂੰ ਬਹੁਤ ਅੱਛਾ ਲੱਗਿਆ ਕਿ ਜੇ ਸਮਾਪਤੀ 'ਤੇ ਵੀ ਜਪੀਏ ਤਾਂ ਹੋਰ ਆਨੰਦ ਹੈ, ਕਿਉਂਕਿ ਇਹ ਨਾਮ ਹੀ ਸਾਡੇ ਵਡਿਆਈਆਂ ਦਾ ਮਾਲਕ ਹੈ। ਜਿਵੇਂ ਬਾਣੀ ਦਾ ਬਚਨ ਹੈ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ। ਇਹ ਨਾਮ ਹੀ ਸਾਰੇ ਵਡਿਆਈਆਂ ਦਾ ਮਾਲਕ ਹੈ। ਸਾਰੀ ਸੰਗਤ ਦਾ ਧੰਨਵਾਦ। ਕੱਲ੍ਹ ਇੱਕ ਬੇ ਜੀ ਬੇਨਤੀ ਕਰ ਰਹੇ ਸੀ, ਜਿਨ੍ਹਾਂ ਨੂੰ ਕਾਰਡ ਚਾਹੀਦਾ ਹੋਏਗਾ, ਮੈਂ ਕਾਰਡ ਇੱਥੇ ਰੱਖ ਦੇਣਾ ਸਾਧ ਸੰਗਤ ਜੀ। ਸੋ ਵੱਧ ਚੜ੍ਹ ਕੇ ਗੁਰੂ ਪਾਤਸ਼ਾਹ ਤੰਦਰੁਸਤੀ ਦੀ ਦਾਤ ਬਖਸ਼ਣ, ਤਾਂ ਕਿ ਆਉਣ ਵਾਲੇ ਦਿਨਾਂ ਦੀ ਸੇਵਾ ਮਹਾਰਾਜ ਆਪ ਕਰਾ ਲੈਣ, ਅਸੀਸਾਂ ਦੇਣੀਆਂ। ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਤੁਹਾਡੀ ਅਸੀਸਾਂ ਦਾ ਹੀ ਸਦਕਾ ਅਸੀਂ ਲਾਹਾ ਮਾਣ ਸਕਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।